ਸਤਿ ਸ਼੍ਰੀ ਅਕਾਲ। ਹੋਮਿਓਪੈਥੀ ਵਿਦ ਡਾਕਟਰ ਚੌਧਰੀ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਡਾਕਟਰ ਇਫਤਿਖਾਰ ਚੌਧਰੀ ਹਰਬਲ ਔਰ ਹੋਮਿਓਪੈਥਿਕ ਜਿਹੜੀ ਦਵਾਈਆਂ ਨੇ ਉਸ ਸੈਗਮੈਂਟ ਦੇ ਐਕਸਪਰਟ ਨੇ, ਬਹੁਤ ਅੱਛੀ ਨਾਮ ਹੈ ਗੁੱਡਵਿਲ ਹੈ ਡਾਕਟਰ ਸਾਹਿਬ ਦਾ, ਸਾਡੇ ਨਾਲ ਇਸ ਸਮੇਂ ਸਟੂਡੀਓ 'ਚ ਮੌਜੂਦ ਨੇ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਇਨਵਾਈਟ ਕਰਦੇ ਹੋ ਹਰ ਹਫ਼ਤੇ। ਜੀ ਡਾਕਟਰ ਇਫਤਿਖਾਰ ਚੌਧਰੀ, ਜਿਸ ਤੱਕ ਦਰਸ਼ਕੋ ਤੁਸੀਂ ਜਾਣਦੇ ਹੋ ਕਿ ਹਰਬਲ ਔਰ ਹੋਮਿਓਪੈਥੀ ਦਵਾਵਾਂ ਦੇ ਐਕਸਪਰਟ ਨੇ ਦਵਾਈਆਂ ਦੇ, ਔਰ ਤੁਹਾਨੂੰ ਦੱਸਦੇ ਨੇ ਤੁਹਾਡੀ ਕਿੰਨੀ ਪਰੇਸ਼ਾਨੀਆਂ ਦੇ ਸੋਲੂਸ਼ਨ ਜਿਹੜੇ ਨੇ, ਔਨਲਾਈਨ ਦੱਸਦੇ ਨੇ ਤੁਹਾਨੂੰ, ਫੋਨ 'ਤੇ ਸਵਾਲ ਜਵਾਬ ਦੱਸਦੇ ਨੇ। ਔਰ ਜੈਕਸਨ ਹਾਈਟਸ ਨਿਊਯਾਰਕ ਦੇ ਵਿੱਚ ਡਾਕਟਰ ਸਾਹਿਬ ਦਾ ਕਲੀਨਿਕ ਹੈ, ਔਰ ਜਿਸ ਤਰ੍ਹਾਂ ਤੁਹਾਨੂੰ ਅਸੀਂ ਨੰਬਰ ਦੱਸਦੇ ਹਾਂ ਸਕਰੀਨ ਦੇ ਨੀਚੇ ਆਉਂਦਾ 7183963600, ਇਹ ਡਾਕਟਰ ਸਾਹਿਬ ਦਾ ਨੰਬਰ ਹੈ। ਜੇ ਤੁਸੀਂ ਆਪਣਾ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਇਸ ਨੰਬਰ 'ਤੇ ਫੋਨ ਕਰਕੇ ਅਪੁਆਇੰਟਮੈਂਟ ਫਿਕਸ ਕਰ ਸਕਦੇ ਹੋ, ਔਰ ਜੇ ਤੁਸੀਂ ਨਿਊਯਾਰਕ ਤੋਂ ਬਾਹਰ ਹੋ ਤਾਂ ਫੋਨ 'ਤੇ ਗੱਲ ਕਰਕੇ ਦਵਾਈਆਂ ਜਿਹੜੀਆਂ ਬਾਈ ਪੋਸਟ ਮੰਗਾ ਸਕਦੇ ਹੋ। ਡਾਕਟਰ ਸਾਹਿਬ ਹਰ ਹਫ਼ਤੇ ਸਾਡੇ ਨਾਲ ਆਉਂਦੇ ਨੇ, ਬੈਠਦੇ ਨੇ, ਔਰ ਅਸੀਂ ਸਵਾਲ ਪੁੱਛਦੇ ਹਾਂ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ। ਸਾਨੂੰ ਕਈ ਸਾਰੇ ਮੇਲਸ ਆਉਂਦੇ ਨੇ ਸਵਾਲ, ਲੋਕ ਕਹਿੰਦੇ ਕਿ ਇਹ ਵੇਲੇ ਜ਼ਰੂਰ ਪੁੱਛਣਾ, ਉਹ ਹੈਗਾ ਜੀ ਸੈਗਮੈਂਟ ਅਸੀਂ ਜਦੋਂ ਗੱਲ ਕਰਦੇ ਹਾਂ ਬਲੱਡ ਪ੍ਰੈਸ਼ਰ ਦੀ ਔਰ ਸ਼ੂਗਰ ਦੀ। ਇਹ ਦੋ ਬਿਮਾਰੀਆਂ ਨੇ ਜਿਨ੍ਹਾਂ ਨੇ ਸਾਰੇ ਹਰ ਦੂਸਰੇ ਬੰਦੇ ਨੂੰ ਖਾਧਾ ਹੋਇਆ ਜੀ, ਬਿਲਕੁਲ। ਇਹਦੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ, ਇਹਦੇ ਵਜ੍ਹਾ ਕੀ ਹੈ? ਹਾਂਜੀ, ਚਲੋ ਦੈਟਸ ਗੁੱਡ। ਜੀ ਜੀ, ਅਤੇ ਦੇਖੋ ਜਿਹੜੀਆਂ ਇਹ ਦੋਨੋਂ ਬਿਮਾਰੀਆਂ ਨੇ ਅਗਰ ਤੁਸੀਂ ਕੰਟਰੋਲ 'ਚ ਰੱਖਦੇ ਹੋ ਜੀ, ਅਤੇ ਦੈਨ ਦੇਰ ਇਜ਼ ਨੋ ਪ੍ਰੋਬਲਮ, ਸਮਝੇ ਨਾ ਜੀ ਜੀ। ਅਤੇ ਬਿਮਾਰੀ ਤਾਂ ਹੀ ਜਦੋਂ ਹੁੰਦੀ ਹੈ ਜਦੋਂ ਆਊਟ ਆਫ ਕੰਟਰੋਲ ਹੁੰਦੀ ਹੈ। ਹੁਣ ਤੁਸੀਂ ਅਗਰ ਡਾਇਬਿਟਿਕ ਹੋ, ਤੁਸੀਂ ਦਵਾਈ ਨਹੀਂ ਖਾਂਦੇ, ਤੁਸੀਂ ਡਰਿੰਕ ਕਰ ਰਹੇ ਹੋ, ਮਿਠਾਈਆਂ ਖਾ ਰਹੇ ਹੋ, ਔਰ ਮਤਲਬ ਮਿੱਠੀਆਂ ਚੀਜ਼ਾਂ ਫਰੂਟ ਵਗੈਰਾ ਸਭ ਖਾ ਪੀ ਰਹੇ ਹੋ, ਨਾਲੇ ਰੈਸਟ ਵੀ ਮਤਲਬ ਬਹੁਤ ਜ਼ਿਆਦਾ ਕਰ ਰਹੇ ਹੋ, ਨਾ ਕਿ ਐਕਸਰਸਾਈਜ਼ ਨਹੀਂ ਕਰਦੇ ਯੂ ਨੋ, ਔਰ ਪਰਹੇਜ਼ ਨਹੀਂ ਕਰਦੇ, ਤਾਂ ਕੀ ਹੋਏਗਾ? ਕਈ ਦਵਾਈ ਵੀ ਖਾ ਰਹੇ ਨੇ ਔਰ ਪਰਹੇਜ਼ ਵੀ ਨਹੀਂ ਕਰ ਰਹੇ, ਅਤੇ ਉਹਦੀ ਵਜ੍ਹਾ ਨਾਲ ਕੀ ਹੈ ਕਿ ਤੁਹਾਨੂੰ ਨਜ਼ਰ ਨਹੀਂ ਆਉਂਦਾ ਬਾਹਰ ਡੈਮੇਜ ਹੈ, ਅੰਦਰ ਡੈਮੇਜ ਕਰਦੀ ਹੈ ਚੀਜ਼ ਡਾਇਬਿਟਿਕ ਸਪੈਸ਼ਲੀ। ਤੁਹਾਨੂੰ ਜਿਹੜੇ ਇੰਟਰਨਲ ਆਰਗਨ ਨੇ, ਜਿਹਦੇ ਕਿਡਨੀ ਆ ਜਾਂਦਾ ਹੈ, ਲਿਵਰ ਆ ਜਾਂਦਾ ਹੈ, ਤੁਹਾਡੇ ਹੱਥਾਂ ਪੈਰਾਂ ਜਿਹੜੇ ਬਲੱਡ ਸਰਕੂਲੇਸ਼ਨ ਇਫੈਕਟ ਹੁੰਦੀ ਹੈ, ਤੁਹਾਡੇ ਨਰਵਸ ਜਿਹੜੇ ਨੇ ਉਹ ਮਤਲਬ ਡੈਮੇਜ ਹੋਣੇ ਸ਼ੁਰੂ ਹੋ ਜਾਂਦੇ ਹੈ, ਔਰ ਉਹਦੀ ਵਜ੍ਹਾ ਨਾਲ ਤੁਹਾਨੂੰ ਬਹੁਤ ਜ਼ਿਆਦਾ ਵੀਕਨੈਸ, ਕਮਜ਼ੋਰੀ, ਸਮਝੇ ਨਾ। ਔਰ ਸ਼ੂਗਰ ਜਿਹੜੀ ਕੰਟਰੋਲ 'ਚ ਨਹੀਂ ਹੁੰਦੀ ਅਤੇ ਉਹਦੇ ਨਾਲ ਤੁਹਾਡਾ ਵੇਟ ਘਟਣਾ ਸ਼ੁਰੂ ਹੋ ਜਾਂਦਾ ਹੈ, ਤੁਹਾਨੂੰ ਪਿਆਸ ਬਹੁਤ ਲੱਗਦੀ ਹੈ ਜੀ ਜੀ, ਔਰ ਉਹਦੀ ਵਜ੍ਹਾ ਨਾਲ ਫਿਰ ਹੈ ਕਿ ਤੁਸੀਂ ਮਤਲਬ ਤੁਹਾਡੀ ਲਾਈਫ ਜਿਹੜੀ ਹੈ, ਔਰ ਅਗਰ ਇਹਨਾਂ ਨੂੰ ਸਕਿਨ ਪ੍ਰੋਬਲਮ ਹੁੰਦੇ ਆ ਜਾਂ ਕੋਈ ਜ਼ਖਮ ਹੋ ਜਾਂਦਾ ਉਹ ਠੀਕ ਨਹੀਂ ਹੁੰਦਾ, ਇਚਿੰਗ ਬਹੁਤ ਜ਼ਿਆਦਾ ਹੁੰਦੀ ਹੈ, ਖਾਰਿਸ਼ ਹੁੰਦੀ ਹੈ ਚਮੜੀ 'ਤੇ, ਅਤੇ ਇਹ ਸਾਰੀਆਂ ਚੀਜ਼ਾਂ ਨੇ। ਅਤੇ ਇਹਦੇ 'ਚ ਦਵਾਈ ਤੋਂ ਜ਼ਿਆਦਾ ਤਾਂ ਮੈਂ ਸਮਝਣਾ ਕਿ ਪੰਜਾਬੀ 'ਚ ਕਹਿੰਦੇ ਨੇ ਕਿ ਬੰਦੇ ਦੇ ਪੁੱਤਰਾਂ ਹਰ ਬੰਦਾ ਖਾਏ ਅਗਰ ਕੰਟਰੋਲ ਕਰੇ ਔਰ ਐਕਸਰਸਾਈਜ਼ ਕਰੇ ਤਾਂ ਸ਼ੂਗਰ ਤਾਂ ਕਾਫੀ ਹੱਦ ਤੱਕ ਕੰਟਰੋਲ ਹੋ ਜਾਂਦੀ ਹੈ ਜੀ ਜੀ। ਔਰ ਅਗਰ ਤੁਸੀਂ ਦਵਾਈ ਖਾਣੀ ਹੈ, ਠੀਕ ਹੈ ਦਵਾਈ ਖਾਓ, ਲੇਕਿਨ ਆਪਣੀ ਸਿਹਤ ਦੇ ਬਾਰੇ 'ਚ ਜ਼ਰਾ ਸੋਚੋ, ਕੋਈ ਟਾਈਮ ਕੱਢੋ ਆਪਣਾ ਜੀ ਜੀ, ਆਪਣੀ ਲਾਈਫ ਨੂੰ ਸਹੀ ਰੱਖਣ ਵਾਸਤੇ। ਕਿਉਂਕਿ ਕੋਈ ਵੀ ਚੀਜ਼ ਹੈ, ਅਗਰ ਤੁਸੀਂ, ਮੈਂ ਆਲਵੇਜ਼ ਮਿਸਾਲਾਂ ਦਿੰਦਾ ਕਿ ਟਰੱਕ ਡਰਾਈਵਰਸ ਜਿਹੜੇ ਲੋਕ ਨੇ ਜਾਂ ਗੱਡੀਆਂ ਚਲਾਉਣ ਵਾਲੇ ਲੋਕ ਨੇ, ਬੈਠਣੇ ਵਾਲੀ ਜਾਬ ਹੈ ਜਿਨ੍ਹਾਂ ਦੀ, ਔਰ ਉਹ ਆਪਣੇ ਟਰੱਕਾਂ ਦਾ ਗੱਡੀਆਂ ਦਾ ਜ਼ਿਆਦਾ ਖਿਆਲ ਰੱਖਦੇ ਹੈ ਜੀ ਜੀ, ਆਪਣੇ ਹੈਲਥ ਦੇ, ਆਪਣੇ ਹੈਲਥ ਦਾ ਕੋਈ ਖਿਆਲ ਨਹੀਂ ਰੱਖਦੇ ਜੀ ਜੀ, ਸਮਝੇ ਨਾ। ਅਤੇ ਇਹ ਹਿਊਮਨ ਬਾਡੀ ਹੈ, ਇਹ ਵੀ ਇੰਜਨ ਦੀ ਤਰ੍ਹਾਂ, ਮਤਲਬ ਗੱਡੀ ਜਿਸ ਤਰ੍ਹਾਂ ਕਹਿ ਲਓ ਜਾਂ ਇਲੈਕਟ੍ਰੋਨਿਕ ਡਿਵਾਈਸ ਕਹਿ ਲਓ ਜਿਸ ਤਰ੍ਹਾਂ ਵੀ, ਅਤੇ ਇਹਨੂੰ ਰੈਸਟ ਵੀ ਚਾਹੀਦਾ ਜੀ ਜੀ, ਇਹਨੂੰ ਪ੍ਰੋਪਰ ਹੈਂਡਲਿੰਗ ਕਰਨੀ ਚਾਹੀਦੀ ਹੈ ਜੀ, ਔਰ ਇਹਨੂੰ ਓਵਰ ਯੂਜ਼ ਨਹੀਂ ਕਰਨਾ ਚਾਹੀਦਾ, ਜਿਸ ਤਰ੍ਹਾਂ ਓਵਰ ਯੂਜ਼ ਬਹੁਤ ਹੋ ਰਿਹਾ, ਔਰ ਕੰਮ ਤਾਂ ਮੁੱਕਦੇ ਨਹੀਂ ਅਮੈਰੀਕਾ 'ਚ ਜਾਂ ਹੁਣ ਤਾਂ ਸਾਡੇ ਮੁਲਕਾਂ 'ਚ ਵੀ ਆਪਣੇ, ਮਤਲਬ ਇਤਨੀ ਅਫਰਾ ਤਫਰੀ ਹੋ ਗਈ ਹੈ। ਤੁਸੀਂ ਕਾਲ 'ਤੇ ਨਹੀਂ ਲੈਣਾ ਚਾਹੁੰਦੇ ਜੀ? ਹਾਲੇ ਆ ਨਹੀਂ ਰਹੀ। ਅੱਛਾ, ਅਤੇ ਉਹ ਮੈਂ ਕਿਹਾ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ, ਉਹ ਪੰਜਾਬੀ ਜਿਹੜੇ ਸਾਡੇ ਮੁੰਡੇ ਖੁੰਡੇ ਵੀ ਹੁੰਦੇ ਨੇ, ਉਹ ਇੱਕ ਪੰਜਾਬੀ ਦਾ ਗਾਣਾ ਕਿ ਆਪ ਨਾ ਨਹਾਉਂਦੇ ਅਤੇ ਬੁਲਟ ਚਮਕਾਉਂਦੇ, ਉਹ ਹਾਲ ਹੈ। ਅਤੇ ਦੂਸਰਾ ਇੱਕ ਹੋਰ ਜਿਹੜਾ ਸਾਡਾ ਪੰਜਾਬੀਆਂ ਦੀ ਲਾਈਫ ਸਟਾਈਲ ਹੈ, ਅਤੇ ਗਾਣਾ ਇਹ ਜੀ ਬੜਾ ਫੇਮਸ, ਆਪ ਨਾ ਨਹਾਉਂਦੇ ਬੁਲਟ ਚਮਕਾਉਂਦੇ, ਉਹ ਮੋਟਰਸਾਈਕਲ ਧੋਂਦੇ ਰਹਿੰਦੇ, ਆਪ ਦੇ ਆਪਣੀ ਬਾਡੀ ਦਾ ਖਿਆਲ ਨਹੀਂ ਕਰਦੇ। ਦੂਜੇ ਇੱਕ ਪੰਜਾਬੀਆਂ ਦਾ ਲਾਈਫ ਸਟਾਈਲ ਹੈ ਬੜਾ ਉੱਚਾ ਅਤੇ ਸੁੱਚਾ ਹੁੰਦਾ। ਇੱਕ ਜਿਹੜੀ ਫੂਡ ਹੈਬਿਟਸ ਹੁੰਦੀਆਂ, ਮੈਂ ਕਹਿੰਦਾ ਬੜੀ ਰੋਇਲ ਹੁੰਦੀਆਂ ਜੀ, ਬਟਰ ਚਿਕਨ ਅਤੇ ਦੇਸੀ ਘਿਓ ਦੇ ਪਰੌਂਠੇ, ਕਈਆਂ ਦੀ ਆਦਤ ਆਪਣੇ ਭਰਾਵਾਂ ਦੀ ਹੋ ਰਹੀ ਹੈ, ਦੋ ਪੈਗ ਵਾਲੀ ਜਿਹੜੀ ਲਾਈਫ ਚੱਲਦੀ ਹੈ, ਅਤੇ ਇਹਦੀ ਵਜ੍ਹਾ ਨਾਲ ਹੁਣ ਇਹਦੇ ਬਲੱਡ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਇਹ ਕਿੰਨਾ ਐਡ ਕਰਦਾ, ਜਿਹੜਾ ਇਹਨਾਂ ਨੂੰ ਸਲਾਹ ਜੀ? ਆਫ ਕੋਰਸ ਇਹ ਕਰਦਾ, ਬਹੁਤ ਜ਼ਿਆਦਾ ਕਰਦਾ ਜੀ, ਲੇਕਿਨ ਦੇਖੋ ਕੋਈ ਵੀ ਚੀਜ਼ ਹੈ ਤੁਸੀਂ ਮੋਡਰੇਸ਼ਨ 'ਚ ਖਾਂਦੇ ਹੋ ਜੀ, ਥੋੜ੍ਹੀ ਬਹੁਤ ਐਵਰੀਥਿੰਗ ਯੂ ਡੂ ਇਜ਼ ਗੁੱਡ। ਕੋਈ ਵੀ ਚੀਜ਼ ਤੁਸੀਂ ਐਕਸਟਰਾ ਕਰਦੇ ਹੋ, ਬਹੁਤ ਜ਼ਿਆਦਾ ਆਊਟ ਆਫ ਕੰਟਰੋਲ ਜਦੋਂ ਚੀਜ਼ਾਂ ਹੁੰਦੀਆਂ ਨੇ, ਤੇ ਫਿਰ ਪ੍ਰੋਬਲਮ। ਦਰਸ਼ਕਾਂ ਦੇ ਫੋਨ ਆ ਰਹੇ, ਜਿਹੜੇ ਇੱਕ ਮਿੰਟ ਕਰ ਲੈਣੇ ਫਿਰ ਵਾਪਸ। ਹੈਲੋ, ਹੈਲੋ ਜੀ, ਲਾਈਨ ਡ੍ਰੌਪ ਹੋ ਗਈ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਡਾਕਟਰ ਸਾਹਿਬ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਸੁਣ ਰਹੇ ਜੀ, ਆਪਣਾ ਨਾਮ ਦੱਸੋ ਜੀ, ਸਵਾਲ ਪੁੱਛੋ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਕੀ ਕੁਐਸਚਨ ਹੈ ਤੁਹਾਡਾ? ਚੌਧਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਦੱਸੋ। ਕਰਨੈਲ ਸਿੰਘ ਬੋਲਦਾ ਜੀ ਆਪਣੇ। ਮੈਂ ਵੈਸੇ ਤੁਹਾਡਾ ਪ੍ਰੋਗਰਾਮ ਤਾਂ
ਕੁਐਸਚਨ ਮੇਰਾ ਹੈਗਾ ਜੀ, ਮੈਂ ਐਸਿਡ ਬੜੀ ਬਣਦੀ ਹੈ, ਐਸਿਡ ਗੈਸ ਦਾ। ਓਕੇ ਠੀਕ ਹੈ, ਤੇ ਕੋਈ ਦਵਾਈ ਵਗੈਰਾ ਖਾ ਰਹੇ ਹੋ? ਡਾਕਟਰ ਨੂੰ ਦਿਖਾਇਆ ਹੈ, ਕੁਝ ਕੀਤਾ ਹੈ ਕਿ ਕੁਝ? ਦਵਾਈ ਖਾਧੀ ਹੈ ਪਰ ਮਤਲਬ ਦਵਾਈ ਗੋਲੀਆਂ ਜਿਹੜੀ ਸਵੇਰੇ ਕਹਿੰਦੇ ਨੇ ਮਾਰਨਿੰਗ ਟਾਈਮ ਤੇ ਖਾਣੀਆਂ ਉਹ ਦਿੱਤੀਆਂ ਹੀ ਨੇ, ਪਰ ਮਤਲਬ ਕੋਈ ਫਾਇਦਾ ਫੋਦਾ ਘੱਟ ਹੀ ਜਾਂਦਾ। ਤੇ ਤੁਸੀਂ ਹੋਮਿਓਪੈਥਿਕ ਨਹੀਂ ਟਰਾਈ ਕੀਤਾ ਸਾਡੇ ਕੋਲ, ਹਰਬਲ ਵਗੈਰਾ ਕਦੇ? ਪੈਥਿਕ ਨਹੀਂ ਮੈਂ ਬਸ ਕੀਤੀ ਹੈ। ਤੇ ਹੁਣ ਚਲੋ ਟਾਈਮ ਹੈ, ਮੇਰਾ ਨੰਬਰ ਨੋਟ ਕਰੋ ਤੇ ਤੁਸੀਂ ਕਾਲ ਕਰੋ, ਤੇ ਬਾਕੀ ਹੈ ਕਿ ਘਰ ਜਿਹੜਾ ਤੁਸੀਂ ਕਰ ਸਕਦੇ ਹੋ ਉਹ ਦੱਸ ਦਿੰਦਾ ਤੁਹਾਨੂੰ। ਇੱਕ ਤੇ ਰਾਤ ਦਾ ਖਾਣਾ ਬਹੁਤ ਜਲਦੀ ਖਾ ਲਿਆ ਕਰੋ, ਠੀਕ ਹੈ ਜੀ? ਮਤਲਬ 5 ਵਜੇ 6 ਵਜੇ ਖਾ ਲਿਆ, ਅਗਰ ਤੁਸੀਂ 10 ਵਜੇ ਸੌਂਦੇ ਹੋ ਤੇ 3-4 ਘੰਟੇ ਪਹਿਲਾਂ ਖਾਣਾ ਖਾ ਲਿਆ, ਠੀਕ ਹੈ? ਠੀਕ ਹੈ ਜੀ। ਤੇ ਔਰ ਤੁਸੀਂ ਸ਼ੂਗਰ ਵਗੈਰਾ ਤੇ ਨਹੀਂ ਤੁਹਾਨੂੰ, ਜਾਂ ਖੁਦਾ ਨਾ ਖਾਸਤਾ ਕੋਈ ਬਲੱਡ ਪ੍ਰੈਸ਼ਰ ਵਗੈਰਾ ਜਾਂ ਕੋਈ? ਨਹੀਂ ਹੈਗੀ, ਉਹ ਤਾਂ ਬਹੁਤ ਹੋ ਗਏ ਜੀ, ਮੇਰੇ ਤਕਰੀਬਨ 15 ਸਾਲ ਤਾਂ ਹੋ ਗਏ ਮੈਨੂੰ ਮੈਟਫੋਰਮੈਨ ਜਿਹੜੀ ਇੱਕ ਗੋਲੀ ਆ ਉਹਦੀ। ਅੱਛਾ, ਓਕੇ। ਜਾਂ ਆਪਣੇ ਜਿਹੜੀ ਬਲੱਡ ਪ੍ਰੈਸ਼ਰ ਦੀ ਐਨਐਪਰਲ ਕਿਹੜੀ ਆ ਉਹ? ਓਕੇ ਓਕੇ, ਠੀਕ ਹੈ। ਤੇ ਉਹਨਾਂ ਦਾ ਵੀ ਮੈਂ ਕੰਟੀਨਿਊ ਰੱਖ ਲਿਆ, ਕਿਉਂਕਿ ਇਹ ਵੀ ਅੰਗਰੇਜ਼ੀ ਦਵਾਈਆਂ ਵੀ ਅਗਰ ਲੌਂਗ ਟਾਈਮ ਖਾਂਦੇ ਰਹੋ ਤੇ ਸਟਮਕ ਨੂੰ ਖਰਾਬ ਕਰਦੀਆਂ ਨੇ, ਤੁਹਾਨੂੰ ਪਤਾ ਹੀ ਹੋਏਗਾ ਬਲਕਿ, ਠੀਕ ਹੈ ਨਾ? ਤੇ ਹੁਣ ਅਗਰ ਤੁਸੀਂ ਬਗੈਰ ਕੋਈ ਸਬਸਟੀਟਿਊਟ ਦਵਾਈ ਲੈਣੇ ਦੇ ਤਾਂ ਉਹਨਾਂ ਨੂੰ ਨਹੀਂ ਛੱਡ ਸਕਦੇ, ਲੇਕਿਨ ਜਦੋਂ ਤੁਸੀਂ ਹੋਮਿਓਪੈਥਿਕ ਦਵਾਈ ਹਰਬਲ ਸ਼ੁਰੂ ਕਰੋਗੇ ਤੇ ਤੁਹਾਡਾ ਬਲੱਡ ਪ੍ਰੈਸ਼ਰ ਵੀ ਸਹੀ ਰਹੇਗਾ, ਸ਼ੂਗਰ ਵੀ, ਤੁਹਾਡਾ ਸਟਮਕ ਵੀ ਠੀਕ ਹੋਏਗਾ, ਤੇ ਆਸਤੇ ਆਸਤੇ ਤੁਹਾਡੀਆਂ ਅੰਗਰੇਜ਼ੀ ਦਵਾਈਆਂ ਤੋਂ ਜਾਨ ਛੁੱਟ ਜਾਏਗੀ। 3963600 ਤੇ ਤੁਸੀਂ ਡਾਕਟਰ ਸਾਹਿਬ ਨੂੰ ਫੋਨ ਕਰ ਸਕਦੇ ਹੋ ਜੀ 7183963600, ਜਿਹੜਾ ਨੰਬਰ ਨੀਚੇ ਆ ਰਿਹਾ ਉਹ ਫੋਨ ਨੰਬਰ ਨੋਟ ਕਰਕੇ ਤੁਸੀਂ ਡਾਕਟਰ ਸਾਹਿਬ ਨਾਲ ਅਪਾਇੰਟਮੈਂਟ ਲੈ ਲਓ, ਫਿਕਸ ਕਰ ਲਓ ਟਾਈਮ। ਹੈਲੋ, ਹਾਂਜੀ ਗੱਲ ਕਰਨੀ ਸੀ। ਹਾਂਜੀ ਡਾਕਟਰ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਕੁਐਸਚਨ ਹੈ ਤੁਹਾਡਾ, ਦੱਸੋ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਮੇਰਾ ਬੇਟਾ ਆ 21 ਇਅਰਸ। ਕਿੰਨੇ ਸਾਲ ਦਾ? ਹਾਂਜੀ ਬਲੱਡ ਪ੍ਰੈਸ਼ਰ ਬਹੁਤ ਹਾਈ ਰਹਿੰਦਾ ਆ, ਤੇ ਨਾਲ ਉਹਦੇ ਬਾਥਰੂਮ ਦੇ ਵਿੱਚ ਜਿੱਦਾਂ ਹਿਮਚੂਰੀਆ ਦੀ ਪ੍ਰੋਬਲਮ ਆ ਰਹੀ ਆ ਕਿ ਬਲੱਡ ਦਿਸਦਾ ਨਹੀਂ ਹੈਗਾ, ਬਲੱਡ ਆ ਰਿਹਾ ਹੈਗਾ। ਓਕੇ, ਕਿਡਨੀ ਨਾਲ ਕੋਈ ਰਿਲੇਟਡ ਆ। ਜੀ ਜੀ, ਓਕੇ। ਤੇ ਬਲੱਡ ਪ੍ਰੈਸ਼ਰ ਉਹਨਾਂ ਨੂੰ ਕਾਫੀ ਟਾਈਮ ਤੋਂ ਹੈ? ਸਾਨੂੰ ਜਿੱਦਾਂ ਹੁਣੇ ਹੀ ਪਤਾ ਲੱਗਾ ਆ 6-7 ਮਹੀਨੇ ਤੋਂ, ਹੁਣ ਜਿੱਦਾਂ ਉਹਦੀ ਗੋਲੀ ਸ਼ੁਰੂ ਕੀਤੀ ਹੈਗੀ ਆ 20 ਕੁ ਪਹਿਲਾਂ। ਓਕੇ, ਤੇ ਉਹਨੂੰ ਨੀਂਦ ਵਗੈਰਾ ਠੀਕ ਆਉਂਦੀ ਹੈ? ਨੀਂਦ ਤਾਂ ਠੀਕ ਆਉਂਦੀ ਆ। ਹਾਂਜੀ। ਤੇ ਹੋਰ ਕੋਈ ਪ੍ਰੋਬਲਮ ਤੇ ਨਹੀਂ ਸਿਵਾਏ ਹੈ ਜਿਹੜਾ ਬਲੀਡਿੰਗ ਦਾ ਥੋੜਾ ਹੋ ਰਿਹਾ ਯੂਰਿਨ ਵਿੱਚ, ਤੇ ਜਾਂ ਫਿਰ ਬਲੱਡ ਪ੍ਰੈਸ਼ਰ? ਉਸ ਤੋਂ ਇਲਾਵਾ ਕੋਈ ਹੋਰ ਪ੍ਰੋਬਲਮ ਤੇ ਨਹੀਂ ਹੈ ਨਾ? ਨਹੀਂ ਨਹੀਂ, ਹੋਰ ਨਹੀਂ ਹੈਗੀ। ਵੈਸੇ ਅਸਥਮਾ ਨੂੰ ਸ਼ੁਰੂ ਤੋਂ ਹੀ ਆ ਅਸਥਮਾ। ਅੱਛਾ, ਉਹਦਾ ਤਾਂ ਕੋਈ ਨਹੀਂ ਹੈ ਸੰਬੰਧੇ ਦੇ ਨਾਲ ਮੈਨੂੰ ਲੱਗਦਾ, ਬਾਕੀ ਤੁਸੀਂ ਦੱਸੋ। ਤੇ ਅਸਥਮਾ ਦੀ ਦਵਾਈ ਖਾ ਰਿਹਾ ਜਾਂ ਸਪਰੇ ਵਗੈਰਾ ਲੈ ਰਿਹਾ? ਹਾਂਜੀ ਉਹ ਤਾਂ ਰੈਗੂਲਰ ਕਦੇ ਐਜ਼ ਨੀਡਡ ਹੁੰਦੀ ਹੈ, ਪਹਿਲਾਂ ਜ਼ਿਆਦਾ ਹੁੰਦੀ ਸੀ ਛੋਟੇ ਹੁੰਦੇ ਨੂੰ, ਹੁਣ ਅਸਥਮਾ ਤਾਂ ਕਾਫੀ ਠੀਕ ਆ। ਓਕੇ ਠੀਕ ਹੈ, ਤੇ ਮੈਂ ਤੇ ਇਹੀ ਐਡਵਾਈਸ ਕਰਾਂਗਾ ਕਿ ਤੁਸੀਂ ਹੋਮਿਓਪੈਥਿਕ ਦਵਾਈ ਸ਼ੁਰੂ ਕਰੋ, ਤੇ ਉਹ ਅੰਗਰੇਜ਼ੀ ਦਵਾਈ ਦੀ ਜ਼ਰੂਰਤ ਨਹੀਂ ਰਹੇਗੀ ਉਹਨੂੰ, ਤੇ ਉਹਦਾ ਉਹ ਜਿਹੜਾ ਬਲੀਡਿੰਗ ਹੋ ਰਹੀ ਹੈ ਉਹਦਾ ਵੀ ਪ੍ਰੋਬਲਮ ਠੀਕ ਹੋਏਗਾ, ਬਲੱਡ ਪ੍ਰੈਸ਼ਰ ਵੀ ਕੰਟਰੋਲ ਹੋਏਗਾ। ਔਰ ਅਗਰ ਕੀ ਹੁੰਦਾ ਕਿ ਜ਼ਿਆਦਾ ਹਾਈ ਬਲੱਡ ਪ੍ਰੈਸ਼ਰ ਰਹੇ ਕਾਫੀ ਟਾਈਮ, ਤੇ ਉਹ ਕਿਡਨੀ ਵੀ ਡੈਮੇਜ ਹੁੰਦੇ ਰਹਿੰਦੇ ਆਸਤੇ ਆਸਤੇ, ਤੇ ਉਹਨਾਂ ਦਾ ਵੀ ਮਤਲਬ ਟੇਕ ਕੇਅਰ ਕਰਨਾ ਪਏਗਾ ਕਿਡਨੀ ਦਾ ਵੀ। ਤੇ ਤੁਸੀਂ ਮੈਨੂੰ ਕਾਲ ਕਰ ਲੈਣਾ ਆਫਿਸ, ਤੇ ਫਿਰ ਤੁਹਾਨੂੰ ਸਬਸਟੀਟਿਊਟ ਦਵਾਈਆਂ ਸ਼ੁਰੂ ਕਰਾਉਂਦੇ ਹਾਂ, ਅਤੇ ਉਹ ਤੁਸੀਂ ਡਾਕਟਰ ਆਪਣੇ ਕੋਲ ਜਾਂਦੇ ਰਹਿਣਾ, ਚੈੱਕਅਪ ਉੱਥੇ ਕਰਾਉਂਦੇ ਰਹਿਣਾ, ਦਵਾਈ ਇਹ ਖਾਣੀ ਹੈ ਬਸ, ਠੀਕ ਹੈ? ਅੱਛਾ ਜੀ, ਠੀਕ ਹੈ ਜੀ, ਥੈਂਕ ਯੂ, ਸ਼ੁਕਰੀਆ, ਥੈਂਕ ਯੂ ਜੀ। ਅਤੇ ਡਾਕਟਰ ਸਾਹਿਬ ਦਾ ਨੰਬਰ ਹੈ 7183963600, ਜੋ ਸਕਰੀਨ ਦੇ ਨੀਚੇ ਆ ਰਿਹਾ, ਤੁਸੀਂ ਉਹ ਨੋਟ ਕਰ ਲਓ, ਔਰ ਡਾਕਟਰ ਸਾਹਿਬ ਦੇ ਨਾਲ ਤੁਸੀਂ ਫੋਨ ਕਰਕੇ ਟਾਈਮ ਫਿਕਸ ਕਰਕੇ ਉਹਨਾਂ ਨੂੰ ਮਿਲ ਸਕਦੇ ਹੋ। ਜੈਕਸਨ ਹਾਈਟਸ ਨਿਊਯਾਰਕ 'ਚ ਡਾਕਟਰ ਸਾਹਿਬ ਦਾ ਕਲੀਨਿਕ ਹੈ, ਡਾਕਟਰ ਇਫਤਿਖਾਰ ਚੌਧਰੀ, ਤੁਸੀਂ ਉੱਥੇ ਜਾ ਕੇ ਮਿਲ ਸਕਦੇ ਹੋ। ਅਤੇ ਡਾਕਟਰ ਚੌਧਰੀ, ਜਿਸ ਇਹਨਾਂ ਨੇ ਦੱਸਿਆ ਹੁਣ 21 ਸਾਲ ਦਾ ਬੱਚਾ ਹੈ ਉਹਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੈ, ਯੰਗ ਜਨਰੇਸ਼ਨ ਅਸੀਂ ਦੇਖ ਰਹੇ ਹਾਂ, ਛੋਟੇ ਬੱਚਿਆਂ ਵੀ ਜਿਵੇਂ ਤੁਸੀਂ ਦੱਸਿਆ ਕਿ ਪ੍ਰੋਬਲਮ ਹੋ ਰਹੀ ਹੈ ਇਹਨਾਂ ਨੂੰ, ਤਾਂ ਸਪੈਸ਼ਲੀ ਜਿਹੜਾ ਮਤਲਬ ਜ਼ਿਆਦਾ ਚਾਂਸ ਹੈ ਕਿ ਇਹਨਾਂ ਨੂੰ ਹੈਰੀਡੀਟਰੀ ਫੈਕਟਰ ਹੁੰਦਾ, ਇਹਨਾਂ ਦੇ ਫਾਦਰ ਜਾਂ ਮਦਰ ਜਾਂ ਗ੍ਰੈਂਡ ਫਾਦਰ ਜਾਂ ਕਿਸੇ ਨੂੰ ਵੀ ਉਹਦੀ ਵਜ੍ਹਾ ਨਾਲ ਇਹ ਹੁੰਦਾ, ਅਤੇ ਬਲੱਡ ਪ੍ਰੈਸ਼ਰ ਜਿਹੜਾ ਹੈ ਲਾਈਫ ਸਟਾਈਲ ਦੀ ਵਜ੍ਹਾ ਨਾਲ ਨਹੀਂ ਹੁੰਦਾ, ਅਗਰ ਸਟ੍ਰੈਸ ਜਾਂ ਨੀਂਦ ਨਹੀਂ ਕਰਨੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਅਤੇ ਲੇਕਿਨ ਇਹ ਕਿ ਬਲੱਡ ਪ੍ਰੈਸ਼ਰ ਜਦੋਂ ਹੁੰਦਾ ਤੁਸੀਂ ਉਹਦੀ ਦਵਾਈ ਸ਼ੁਰੂ ਕਰੋ ਤਾਂ ਕਿ ਕੰਟਰੋਲ 'ਚ ਰਹੇ। ਔਰ ਦੇਖਿਆ ਜਾਂਦਾ ਕਿ ਬਲੱਡ ਪ੍ਰੈਸ਼ਰ ਦੀ ਜਿਸ ਤਰ੍ਹਾਂ ਮਤਲਬ ਕਾਫੀ ਲੋਕ ਪਤਾ ਲੱਗਦਾ ਡਾਕਟਰ ਕੋਲ ਜਾਂਦੇ ਆ, ਬਲੱਡ ਪ੍ਰੈਸ਼ਰ ਹੈ, ਦਵਾਈ ਖਾਂਦੇ ਆ, ਇੱਕ ਆਦਮੀ ਨਾ ਖਾਧੀ ਫਿਰ ਛੱਡ ਦਿੱਤੀ, ਫਿਰ ਕਦੇ ਖਾਧੀ ਕਦੇ ਨਾ ਖਾਧੀ, ਮਤਲਬ ਸਪੈਸ਼ਲੀ ਇਸ ਤਰ੍ਹਾਂ ਦੇ ਜਿਹੜੇ ਹੈਰੀਡੀਟਰੀ ਫੈਕਟਰ ਹੈ, ਬਲੱਡ ਪ੍ਰੈਸ਼ਰ ਬਹੁਤ ਹਾਈ ਰਹਿੰਦਾ ਹੈ, ਉਹਨਾਂ ਨੂੰ ਦਵਾਈ ਖਾਣੀ ਚਾਹੀਦੀ ਹੈ, ਚਾਹੇ ਜਿਹੜੀ ਵੀ ਡਿਸਾਈਡ ਕਰਨ, ਮਤਲਬ ਹੋਮਿਓਪੈਥਿਕ ਖਾਣੀ ਐਲੋਪੈਥਿਕ, ਉਹਨਾਂ ਨੂੰ ਦਵਾਈ ਨਹੀਂ ਛੱਡਣੀ ਚਾਹੀਦੀ।
ਇਸੇ ਤਰ੍ਹਾਂ ਸ਼ੂਗਰ ਦੀ ਦਵਾਈ ਵੀ ਜਿਹੜੀ ਉਹ ਵੀ ਦਵਾਈ ਟਾਈਮ 'ਤੇ ਖਾਣੀ ਹੈ। ਹੁਣ ਕਿਤਨੇ ਲੋਕ ਨੇ ਜਿਹੜੇ ਮੈਂ ਜਾਣਨਾ ਮੇਰੇ ਮਰੀਜ਼ ਸੀ, ਮਤਲਬ ਟਰੈਵਲ ਕੀਤਾ, ਹੁਣ ਇੱਕ ਦੀ ਮਿਸਾਲ ਮੈਂ ਦੇ ਰਿਹਾ ਕਿ ਇੱਕ ਡਾਇਬੈਟਿਕ ਪੇਸ਼ੈਂਟ ਸੀ ਅਤੇ ਉਹਨਾਂ ਨੇ ਆਪਣੇ ਮੁਲਕ ਜਾਣਾ ਸੀ ਅਤੇ ਉਹ ਦਵਾਈਆਂ ਸਾਰੀਆਂ ਉਹਨਾਂ ਨੇ ਆਪਣੇ ਲਗੇ ਵਿੱਚ ਪਾ ਦਿੱਤੀਆਂ, ਨਾਲ ਨਹੀਂ ਲੈ ਕੇ ਗਏ, ਹੈਂਡ ਕੈਰੀ ਨਹੀਂ ਕੀਤਾ। ਅੱਛਾ, ਅਤੇ ਉੱਥੇ ਜਾ ਕੇ ਉਹ ਬੈਗ ਗੁੰਮ ਹੋ ਗਿਆ ਉਹਨਾਂ ਦਾ, ਮਤਲਬ ਸਮਝ ਗਏ ਨਾ। ਅਤੇ ਉਹ ਉਹਨਾਂ ਨੂੰ ਕਾਫੀ, ਮਤਲਬ ਜ਼ਾਹਿਰ ਹੈ ਫਿਰ ਅਗਰ ਸ਼ੂਗਰ ਦੀ ਦਵਾਈ ਤਾਂ ਤੁਹਾਨੂੰ ਖਾਣੀ ਹਰ, ਜਦੋਂ ਵੀ ਰੋਟੀ ਪਾਣੀ ਖਾਓਗੇ ਨਾਲ ਖਾਓਗੇ। ਅਤੇ ਉਹ ਵਿਚਾਰੇ ਉਹਨਾਂ ਦਾ ਕਾਫੀ, ਮਤਲਬ ਏਅਰਪੋਰਟ 'ਤੇ ਪਹੁੰਚਦੇ ਉਹਨਾਂ ਦਾ ਐਮਰਜੈਂਸੀ ਔਰ ਉਹ ਹੋਸਪਿਟਲ ਉਹਨਾਂ ਨੂੰ ਜਾਣਾ ਪਿਆ। ਅਤੇ ਇਹ ਛੋਟੀਆਂ ਛੋਟੀਆਂ ਗੱਲਾਂ ਨੇ। ਔਰ ਕਈ ਦਫ਼ਾ ਹੁੰਦਾ ਲੋਕ ਪਾਰਟੀਆਂ 'ਤੇ ਜਾਂਦੇ ਆ, ਜਿਸ ਤਰ੍ਹਾਂ ਸ਼ਾਦੀ ਦੀ ਪਾਰਟੀ ਹੈ ਕੋਈ, ਹਾਂਜੀ, ਅਤੇ ਚਲੇ ਗਏ ਅਤੇ ਦਵਾਈ ਭੁੱਲ ਗਏ ਆ, ਲੈ ਕੇ ਨਹੀਂ ਗਏ, ਅਤੇ ਆ ਕੇ ਫਿਰ ਕੀ ਕੀਤਾ ਕਿ ਡਬਲ ਦਵਾਈ ਖਾ ਲਈ। ਕਿਤਨੇ ਲੋਕ ਇਸ ਤਰ੍ਹਾਂ ਦੇ ਨੇ, ਦਵਾਈ ਸਕਿਪ ਨਹੀਂ ਕਰਨੀ ਚਾਹੀਦੀ ਤੁਹਾਨੂੰ। ਹਾਂ, ਅਤੇ ਉਸ ਵੇਲੇ ਰੋਟੀ ਪਾਣੀ ਖਾ ਕੇ ਪਾਰਟੀ 'ਚ ਤੁਸੀਂ ਡਰਿੰਕ ਵੀ ਕਰ ਰਹੇ ਹੋ, ਸਾਰਾ ਕੁਝ, ਸ਼ੂਗਰ ਤੁਹਾਡੀ ਬਹੁਤ ਹਾਈ ਹੋ ਗਈ, ਉਹ ਡੈਮੇਜ, ਘਰ ਆ ਕੇ ਡਬਲ ਦਵਾਈ ਖਾ ਲਈ, ਉਹ ਫਿਰ ਸ਼ੂਗਰ ਲੋ ਹੋ ਗਈ ਬਹੁਤ ਜ਼ਿਆਦਾ, ਉਹ ਡੈਮੇਜ, ਇਟਸ ਨਾਟ ਗੁੱਡ। ਡਾਇਬਿਟਿਕ ਦੀ ਦਵਾਈ, ਬਲੱਡ ਪ੍ਰੈਸ਼ਰ ਦੀ ਦਵਾਈ, ਤੁਹਾਨੂੰ ਸਪੈਸ਼ਲੀ ਡਾਇਬਿਟਿਕ ਦੀ ਦਵਾਈ ਤਾਂ ਤੁਸੀਂ ਬਿਲਕੁਲ ਆਪਣੇ ਜੇਬ 'ਚ ਰੱਖਣੀ ਚਾਹੀਦੀ ਹੈ, ਔਰ ਟਾਈਮ 'ਤੇ ਖਾਓਗੇ ਤਾਂ ਕਿ ਕੰਟਰੋਲ 'ਚ ਰਹੇ ਔਰ ਡੈਮੇਜ ਨਾ ਹੋਵੇ ਤੁਹਾਨੂੰ। ਔਰ ਹਾਈ ਬਲੱਡ ਪ੍ਰੈਸ਼ਰ ਦੀ ਵਜ੍ਹਾ ਨਾਲ ਕਿਡਨੀ ਡੈਮੇਜ ਹੁੰਦੇ ਆ, ਕਿਡਨੀ ਦੀਆਂ ਔਰ ਖੂਨ ਦੀਆਂ ਨਾਲੀਆਂ ਜਿਹੜੀਆਂ ਨੇ, ਜਿਸ ਤਰ੍ਹਾਂ ਕਾਲ ਆਈ ਸੀ ਕਿ ਉਹਨਾਂ ਨੂੰ ਬਲੀਡਿੰਗ ਹੋ ਰਹੀ ਹੈ ਯੂਰਿਨ ਵਿੱਚ, ਬਾਰੀਕ ਬਾਰੀਕ ਨਾਲੀਆਂ ਜਿਹੜੀਆਂ ਹੁੰਦੀਆਂ ਨੇ ਉਹ ਅੰਦਰੋਂ ਫਟ ਜਾਂਦੀਆਂ ਨੇ, ਫਿਰ ਉਹ ਬਲੀਡਿੰਗ ਹੁੰਦੀ ਹੈ ਅਤੇ ਯੂਰਿਨ 'ਚ ਆਉਂਦੀ ਹੈ। ਅਤੇ ਕਈ ਦਫ਼ਾ ਬਹੁਤ ਮਾਮੂਲੀ ਜੀ ਹੁੰਦੀ ਹੈ, ਲੇਕਿਨ ਉਹਦੇ ਨਾਲ ਤੁਹਾਨੂੰ ਕਾਫੀ ਪ੍ਰੋਬਲਮ, ਤੁਹਾਨੂੰ ਵੀਕਨੈਸ ਹੋਣਾ ਸ਼ੁਰੂ ਹੋ ਜਾਂਦੀ ਹੈ, ਔਰ ਅਗਰ ਪ੍ਰੋਬਲਮ ਨੂੰ ਸੋਲਵ ਨਾ ਕੀਤਾ ਜਾਏ ਤਾਂ ਉਹ ਡੈਮੇਜ ਜ਼ਿਆਦਾ ਹੁੰਦਾ। ਅਤੇ ਹੋਮਿਓਪੈਥਿਕ 'ਚ ਕਿਡਨੀ ਦਾ ਬਹੁਤ ਅੱਛਾ ਇਲਾਜ ਹੈ, ਕਿਡਨੀ ਡੈਮੇਜ ਜਿਹੜਾ ਉਹ ਕਿਡਨੀ ਸਟੋਨ ਡਿਫਰੈਂਟ ਚੀਜ਼ ਹੁੰਦੀ ਹੈ, ਕਿਡਨੀ ਡੈਮੇਜ ਹੋਣਾ ਡਿਫਰੈਂਟ ਹੁੰਦਾ। ਅਤੇ ਉਹਦੇ 'ਚ ਹੈ ਕਿ ਅਗਰ ਤੁਹਾਡਾ ਕਿਡਨੀ ਡੈਮੇਜ ਹੋਣਾ ਸ਼ੁਰੂ ਹੋਇਆ ਅਤੇ ਉਸ ਤਰ੍ਹਾਂ ਹੀ ਇਲਾਜ ਅਗਰ ਕਰਨਾ ਸ਼ੁਰੂ ਕਰ ਦਿਉ ਹੋਮਿਓਪੈਥਿਕ ਦਾ, ਤਾਂ ਉਹ ਕਾਫੀ ਹੱਦ ਤੱਕ ਉਹਨਾਂ ਨੂੰ ਕਿਡਨੀ ਡੈਮੇਜ ਰੁਕ ਜਾਂਦਾ, ਔਰ ਉਹਨਾਂ ਨੂੰ ਡਾਇਲੈਸਿਸ 'ਤੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ, ਔਰ ਉਹਨਾਂ ਦੀ ਜਿਹੜਾ ਲਾਈਫ ਸਟਾਈਲ ਹੈ, ਮਤਲਬ ਹੈਲਥ ਜਿਹੜੀ ਹੈ, ਬਿਹਤਰ ਹੋ ਜਾਂਦੀ। ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਦੱਸ ਦਈਏ ਕਿ 7187868622 'ਤੇ ਫੋਨ ਕਰਕੇ ਤੁਸੀਂ ਹੁਣੇ ਦੇ ਹੁਣੇ ਡਾਕਟਰ ਸਾਹਿਬ ਨਾਲ ਸਿੱਧੇ ਫੋਨ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ, ਔਰ ਜੋ ਵੀ ਤੁਹਾਡੇ ਬਲੱਡ ਪ੍ਰੈਸ਼ਰ ਤੋਂ ਲੈ ਕੇ ਸ਼ੂਗਰ ਦੇ ਰਿਲੇਟਿਡ ਕੋਈ ਤੁਹਾਨੂੰ ਕੋਈ ਕੁਐਸਚਨ ਹੈਗਾ, ਤੁਸੀਂ ਹੁਣੇ ਦੇ ਸਵਾਲ ਪੁੱਛ ਸਕਦੇ ਹੋ ਡਾਕਟਰ ਸਾਹਿਬ ਨੂੰ। ਔਰ ਨੀਚੇ ਜਿਹੜਾ ਨੰਬਰ ਆ ਰਿਹਾ 7183963600, ਉਹ ਡਾਕਟਰ ਸਾਹਿਬ ਦਾ ਪਰਸਨਲ ਨੰਬਰ ਹੈ, ਤੁਸੀਂ ਉਹਦੇ ਉੱਤੇ ਫੋਨ ਕਰਕੇ ਅਪੁਆਇੰਟਮੈਂਟ ਵੀ ਫਿਕਸ ਕਰ ਸਕਦੇ ਹੋ। ਅਸੀਂ ਅੱਜ ਗੱਲ ਕਰ ਰਹੇ ਹਾਂ ਬਲੱਡ ਸ਼ੂਗਰ ਦੀ ਔਰ ਬਲੱਡ ਪ੍ਰੈਸ਼ਰ ਦੀ। ਦਰਸ਼ਕਾਂ ਨੂੰ ਇੱਕ ਇਹ ਚੀਜ਼ ਬੜੀ ਦੱਸਣ ਦੀ ਲੋੜ ਹੈ ਜੀ ਕਿ ਸਿਮਟਮਸ ਉਹਨਾਂ ਨੂੰ ਮਹਿਸੂਸ ਹੀ ਨਹੀਂ ਹੁੰਦੇ, ਜਦ ਤੱਕ ਕੋਈ ਐਮਰਜੈਂਸੀ ਨਹੀਂ ਹੋਏਗੀ ਤਦ ਤੱਕ ਡਾਕਟਰ ਦੇ ਕੋਲ ਨਹੀਂ ਜਾਂਦੇ। ਕੋਈ ਐਸਾ ਬੇਸਿਕ 3 ਜਾਂ 4 ਸਿਮਟਮ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸ ਦਿਓ, ਔਰ ਉਸ ਤੋਂ ਬਾਅਦ ਇਹ ਦੱਸਣਾ ਕਿ ਹਰਬਲ ਔਰ ਹੋਮਿਓਪੈਥੀ ਦੇ ਵਿੱਚ ਦਵਾਈਆਂ ਕਿਹੜੀਆਂ ਕਿਹੜੀਆਂ, ਉਹਨਾਂ ਦੇ ਵਿਦ ਨੇਮ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋ ਜੀ। ਡਾਇਬਿਟਿਕ ਜਿਹੜਾ, ਅਗਰ ਤੁਹਾਨੂੰ ਤੁਸੀਂ ਕਾਫੀ ਅਰਸਾ ਹੋ ਗਿਆ ਡਾਕਟਰ ਕੋਲ ਨਹੀਂ ਗਏ ਔਰ ਤੁਹਾਡਾ ਮਤਲਬ ਪਿਸ਼ਾਬ ਜ਼ਿਆਦਾ ਆਉਣਾ ਸ਼ੁਰੂ ਹੋ ਗਿਆ ਜੀ, ਜਾਂ ਫਿਰ ਪਿਆਸ ਬਹੁਤ ਜ਼ਿਆਦਾ ਲੱਗ ਰਹੀ ਹੈ, ਤੁਹਾਡੇ ਹੱਥ ਪੈਰ ਨਮ ਹੋ ਰਹੇ ਨੇ, ਵੀਕਨੈਸ ਹੋ ਰਹੀ ਹੈ, ਟਾਇਰਡਨੈਸ ਹੋ ਰਹੀ ਹੈ, ਇਚਿੰਗ ਹੋ ਰਹੀ ਹੈ ਸਕਿਨ 'ਤੇ ਬਹੁਤ ਜ਼ਿਆਦਾ, ਜਾਂ ਫਿਰ ਤੁਹਾਡੀ ਤਬੀਅਤ ਜਿਹੜੀ ਹੈ ਉਹ ਇਸ ਤਰ੍ਹਾਂ ਬੇਚੈਨੀ, ਗੁੱਸਾ ਆਉਣਾ, ਇਹ ਸਾਰੀਆਂ ਚੀਜ਼ਾਂ ਦੱਸ ਰਹੀਆਂ ਕਿ ਤੁਹਾਡੀ ਸ਼ੂਗਰ ਹਾਈ ਹੈ। ਜੇ ਤੁਸੀਂ ਪ੍ਰੋਪਰਲੀ ਡਾਕਟਰ ਕੋਲ ਜਾਓ, ਇੱਥੇ ਤਾਂ ਅਕਸਰ ਲੋਕ ਜਾਂਦੇ ਆ, ਲੇਕਿਨ ਕਈ ਲੋਕ ਨਹੀਂ ਜਾਂਦੇ ਕਾਫੀ ਅਰਸੇ ਤੱਕ ਕਿ ਮੈਂ ਠੀਕ ਹਾਂ ਬਿਲਕੁਲ, ਮੈਨੂੰ ਤਾਂ ਕੋਈ ਪਰਵਾਹ ਨਹੀਂ, ਪ੍ਰੋਬਲਮ ਨਹੀਂ ਹੈ। ਔਰ ਇਸ ਤੋਂ ਇਲਾਵਾ ਇੱਕ ਔਰ ਜਿਹੜੀ ਬਲੱਡ ਪ੍ਰੈਸ਼ਰ ਦੀ, ਮਤਲਬ ਅਗਰ ਕਈ ਲੋਕਾਂ ਨੂੰ ਡਾਇਗਨੋਸ ਵੀ ਹੋ ਜਾਂਦਾ, ਪਤਾ ਹੈ ਕਿ ਬਲੱਡ ਪ੍ਰੈਸ਼ਰ ਹੈ ਲੇਕਿਨ ਦਵਾਈ ਨਹੀਂ ਖਾਂਦੇ, ਡਾਇਬਿਟਿਕ ਹੈ ਨੇ ਲੇਕਿਨ ਦਵਾਈ ਨਹੀਂ ਖਾਂਦੇ, ਚਾਹੇ ਉਹ ਹੋਮਿਓਪੈਥਿਕ ਹੋ, ਹਰਬਲ ਜਾਂ ਐਲੋਪੈਥਿਕ, ਕੁਝ ਵੀ ਨਹੀਂ ਖਾਂਦੇ, ਅਤੇ ਉਹ ਮਤਲਬ, ਔਰ ਸਪੈਸ਼ਲੀ ਦੇਖਿਆ ਯੰਗ ਏਜ ਵਿੱਚ 30-35-40 ਸਾਲ 'ਚ ਤੁਹਾਡਾ ਜਿਸਮ ਜਿਹੜਾ ਕਾਫੀ ਸਟਰੋਂਗ ਹੁੰਦਾ, ਔਰ ਅਗਰ ਤੁਸੀਂ ਬਦਪਰੇਜ਼ੀਆਂ ਵੀ ਕਰਦੇ ਹੋ, ਦਵਾਈ ਵੀ ਨਹੀਂ ਖਾਂਦੇ, ਲੇਕਿਨ ਤੁਹਾਡਾ ਅੰਦਰ ਡੈਮੇਜ ਹੋ ਰਿਹਾ ਜੀ ਜੀ, ਔਰ ਉਹ ਫਿਰ ਇੱਕਦਮ ਜਦੋਂ ਡੈਮੇਜ ਮਤਲਬ ਸ਼ੋ ਹੁੰਦਾ, ਤੁਹਾਡੇ ਕਿਡਨੀ ਫੇਲਿਓਰ ਹੋ ਸਕਦਾ, ਉਹ ਨੁਕਸਾਨ ਹੋ ਜਾਂਦਾ ਜੀ, ਬਿਲਕੁਲ। ਹੈਲੋ ਹੈਲੋ, ਹਾਂਜੀ ਹਾਂਜੀ ਭਾਈ, ਡਾਕਟਰ ਗੱਲ ਕਰ ਰਹੇ, ਡਾਕਟਰ ਸਾਹਿਬ ਸੁਣ ਰਹੇ ਜੀ ਤੁਸੀਂ? ਜੀ ਸਤਿ ਸ਼੍ਰੀ ਅਕਾਲ ਜੀ, ਕੀ ਕੁਐਸਚਨ ਹੈ ਤੁਹਾਡਾ, ਦੱਸੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਡਾਕਟਰ ਬੋਲ ਰਹੇ ਜੀ? ਹੈਲੋ, ਹਾਂ ਜੀ ਹਾਂ ਜੀ ਭਾਜੀ, ਮੈਂ ਮਤਲਬ 7-8 ਮਹੀਨੇ ਤੋਂ ਮੇਰਾ ਮੋਢਾ ਖੱਬਾ ਬਹੁਤ ਅੜਦਾ। ਓਕੇ, ਤੇ ਇਸ ਕਰਕੇ ਤੇ ਮੈਂ ਦਵਾਈ ਵੀ ਬਹੁਤ ਖਾਧੀ, ਤਰਸੀਆਂ ਵੀ ਮੈਂ ਕਰਵਾਈਆਂ ਨੇ, ਤੇ ਪਰ ਮੈਨੂੰ ਕੋਈ ਫਰਕ ਨਹੀਂ ਪਿਆ। ਤੇ ਤੁਸੀਂ ਤੇ ਉਹ ਜਿਹੜੇ ਡਾਕਟਰ ਕੋਲ ਗਏ ਹੋਗੇ, ਐਕਸਰੇ ਵਗੈਰਾ ਕੀਤਾ ਹੋਏਗਾ ਜਾਂ ਪੇਨ ਕਿਲਰ? ਸਾਰਾ ਕੁਝ ਕੀਤਾ, ਕੋਈ ਵੀ ਫਰਕ ਨਹੀਂ ਪੈਂਦਾ ਪਿਆ, ਤੇ ਮੈਂ ਮਲਾਇਆ ਵੀ ਬਹੁਤ ਵਧੀ ਹੈ, ਤੇ ਪਰ ਕੋਈ ਫਰਕ ਨਹੀਂ ਪੈਂਦਾ ਮੈਨੂੰ ਜੀ। ਤੇ ਜਿਦਾਂ ਮੇਰੀ ਬਾਹ ਨਹੀਂ ਉੱਤੇ ਜਾਂਦੀ ਚੰਗੀ ਭਲੀ, ਕੁਛ ਨਹੀਂ, ਕੋਈ ਸੱਟ ਨਹੀਂ ਲੱਗੀ। ਓਕੇ, ਤੇ ਹੋ ਗਿਆ। ਤੇ ਤੁਸੀਂ ਹੋਮਿਓਪੈਥਿਕ ਹਰਬਲ ਦਵਾਈ ਨਹੀਂ ਟਰਾਈ ਕੀਤੀ ਕਦੇ?
ਹਾਂਜੀ ਮੈਂ ਕਿਹਾ ਕੋਈ ਦੇਸੀ ਦਵਾਈ ਜਾਂ ਹੋਮਿਓਪੈਥਿਕ ਦਵਾਈ ਇਸਤੇਮਾਲ ਕੀਤੀ ਹੈ ਕਿ ਨਹੀਂ ਕੀਤੀ? ਨਹੀਂ ਜੀ ਨਹੀਂ, ਮੈਂ ਉਦਾਂ ਦੀ ਦਵਾਈ ਨਹੀਂ ਖਾਧੀ, ਮੈਂ ਸਿਰਫ ਡਾਕਟਰ ਨੇ ਮੈਨੂੰ ਸਰਦੀਆਂ ਕੀਤੀਆਂ, ਟੀਕਾ ਲਵਾਇਆ, ਮੈਂ ਮੋਢੇ ਦੇ ਵਿੱਚ ਵੀ ਆਪਣੇ 'ਚ 2-3 ਲਵਾਏ ਨੇ ਜੀ, ਪਰ ਫਿਰ ਵੀ ਮੈਨੂੰ ਫਰਕ ਨਹੀਂ ਪਿਆ। ਅੱਛਾ, ਤੇ ਇਹ ਹੀ ਮੈਂ ਐਡਵਾਈਸ ਕਰਾਂਗਾ, ਤੁਸੀਂ ਮੈਨੂੰ ਇਸ ਨੰਬਰ 'ਤੇ ਕਾਲ ਕਰਕੇ ਆਪਣੀ ਦਵਾਈ ਸ਼ੁਰੂ ਕਰਾਓ, ਜਿਹੜੀ ਹੋਮਿਓਪੈਥਿਕ ਹਰਬਲ ਦਵਾਈ ਹੈ ਉਹਦੇ 'ਚ ਤੁਹਾਨੂੰ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਏਗੀ, ਫਾਇਦਾ ਹੋਏਗਾ ਤੁਹਾਨੂੰ। ਅੱਛਾ, ਮਤਲਬ ਜਿੱਦਾਂ ਮੈਨੂੰ ਸ਼ੂਗਰ ਵੀ ਉਹਦੇ ਨਾਲ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ? ਨਹੀਂ ਨਹੀਂ, ਉਹ ਸ਼ੂਗਰ ਦੀ ਵੀ ਦਵਾਈ ਦੇ ਦਾਂਗੇ ਨਾ ਤੁਹਾਨੂੰ, ਸ਼ੂਗਰ ਨੂੰ ਵੀ ਕੰਟਰੋਲ ਰੱਖੋ। ਅਗਰ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਸੀ, ਅਸੀਂ ਇਹੀ ਗੱਲ ਕਰ ਰਹੇ ਸੀ ਕਿ ਸ਼ੂਗਰ ਵੀ ਅਗਰ ਹੈ ਜ਼ਿਆਦਾ ਤਾਂ ਉਹਨੂੰ ਕੰਟਰੋਲ 'ਚ ਰੱਖਿਆ ਕਰੋ। ਕੰਟਰੋਲ 'ਚ ਹੈ ਤੁਹਾਡੀ ਸ਼ੂਗਰ? ਨਹੀਂ, ਸ਼ੂਗਰ ਤਾਂ ਭਾਅ ਜੀ ਮੇਰੀ ਬਹੁਤ ਹਾਈ ਚੱਲ ਜਾਂਦੀ, ਉਦੋਂ ਮੈਂ ਇਨਸੂਲਿਨ ਵੀ ਲਾਉਂਦੀ ਹਾਂ, ਦਵਾਈ ਵੀ ਖਾਂਦੀ ਹਾਂ, ਫਿਰ ਵੀ ਮੇਰੀ ਸ਼ੂਗਰ ਪਤਾ ਨਹੀਂ ਕਿਉਂ ਹਾਈ ਚੱਲ ਜਾਂਦੀ, ਮੇਰੇ ਕੋਲ ਇੰਨਾ ਖਾਣਾ ਵੀ ਨਹੀਂ ਹੈਗਾ ਮੇਰਾ। ਜੀ ਜੀ, ਤੇ ਜ਼ਿਆਦਾ ਸਟ੍ਰੈਸ ਕਰਦੇ ਹੋ, ਸੋਚਦੇ ਜ਼ਿਆਦਾ ਹੋ ਲੱਗਦਾ, ਰਾਈਟ? ਹੋ ਸਕਦਾ, ਪਤਾ ਨਹੀਂ, ਮੈਨੂੰ ਸੋਚ ਵੀ ਮੈਨੂੰ ਕੋਈ ਨਹੀਂ ਹੈਗੀ, ਸਾਰਾ ਕੁਛ ਸ਼ੂਗਰ ਡੇ ਭਾਅ ਜੀ, ਇੱਦਾਂ ਦੀ ਕੋਈ ਗੱਲ ਨਹੀਂ। ਅੱਛਾ, ਅਤੇ ਇਹ ਹੀ ਐਡਵਾਈਸ ਕਰਾਂਗਾ, ਤੁਸੀਂ ਨੰਬਰ 'ਤੇ ਕਾਲ ਕਰ ਲਓ ਅਤੇ ਫਿਰ ਤੁਹਾਨੂੰ ਦਵਾਈ ਸ਼ੁਰੂ ਕਰਾਉਂਦੇ ਹਾਂ। ਤੁਹਾਨੂੰ ਸ਼ੂਗਰ ਦੀ ਵੀ ਦਵਾਈ ਦਾਂਗੇ ਅਤੇ ਆਸਤੇ ਤੁਹਾਡੀਆਂ ਦੂਜੀਆਂ ਦਵਾਈਆਂ ਜਿਹੜੀਆਂ ਨੇ ਉਹ ਛੁੱਟ ਜਾਣਦੀਆਂ, ਔਰ ਦਰਦਾਂ 'ਚ ਵੀ ਆਰਾਮ ਆਏਗਾ, ਸ਼ੂਗਰ ਵੀ ਕੰਟਰੋਲ 'ਚ ਰਹੇਗੀ ਤੁਹਾਡੀ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ ਜੀ। ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਕੀ ਕੁਐਸਚਨ ਹੈ ਤੁਹਾਡਾ, ਦੱਸੋ। ਭਾਅ ਜੀ ਆਪਣੇ ਹੈਗਾ ਦੂਸਰਾ ਪੈਰ ਦਾ ਗੂਠਾ ਦੁਖਦਾ, ਜਿੱਦਾਂ ਗਾਊਟ ਹੋ ਜਾਂਦਾ ਕਿਹੜੀ ਚੀਜ਼? ਗਾਊਟ? ਹਾਂਜੀ। ਅੱਛਾ, ਗਾਊਟ ਦਾ ਟੈਸਟ ਵਗੈਰਾ ਕਰਾਇਆ ਸੀ ਡਾਕਟਰ ਕੋਲੋਂ? ਹਾਂਜੀ। ਬਲੱਡ ਟੈਸਟ ਕਰਾਇਆ ਸੀ ਮੈਂ ਕਿਹਾ, ਉਹਦੇ 'ਚ ਪਤਾ ਲੱਗਿਆ ਕਿ ਤੁਹਾਡਾ ਯੂਰਿਕ ਐਸਿਡ ਵਧਿਆ ਹੋਇਆ? ਨਹੀਂ, ਉਹ ਕਹਿੰਦੇ ਯੂਰਿਕ ਐਸਿਡ ਠੀਕ ਹੈ। ਤੇ ਵੈਸੇ ਦਰਦ ਹੁੰਦਾ? ਹਾਂਜੀ। ਔਰ ਡਾਇਬੀਟੀਜ਼ ਵਗੈਰਾ ਠੀਕ ਹੈ? ਬਲੱਡ ਪ੍ਰੈਸ਼ਰ, ਸ਼ੂਗਰ? ਹਾਂਜੀ, ਉਹ ਬਿਲਕੁਲ ਠੀਕ ਹੈ। ਹਾਂਜੀ, ਦਵਾ ਖਾਂਦੇ ਹਾਂ, ਠੀਕ ਹੈ। ਓਕੇ, ਅੱਛਾ, ਦਵਾਈ ਖਾ ਕੇ ਫਿਰ ਠੀਕ ਹੈ। ਅਤੇ ਗਾਊਟ ਦੀ ਦਵਾਈ ਦਿੱਤੀ ਹੈ ਡਾਕਟਰ ਨੇ ਕਿ ਨਹੀਂ? ਨਹੀਂ ਦਿੱਤੀ, ਮੈਂ ਤਾਂ ਗਏ ਨਹੀਂ, ਮੈਂ ਕਿਹਾ ਹਟ ਜਾਵੇ ਆਪਣੇ ਆਪ ਹੀ। ਆਪੇ ਨਹੀਂ ਹਟਦੀ ਚੀਜ਼, ਅਤੇ ਇਹ ਅਸੀਂ ਗੱਲ ਕਰ ਰਹੇ ਸੀ ਅਤੇ ਪ੍ਰੋਬਲਮ ਨੂੰ ਸੋਲਵ ਕਰੋ ਅਤੇ ਤੁਸੀਂ ਮੈਨੂੰ ਕਾਲ ਕਰ ਲਓ। ਤੁਹਾਨੂੰ ਗਾਊਟ ਦੀ ਦਵਾਈ ਹੋਮਿਓਪੈਥਿਕ ਦੀ ਦਿੰਦੇ ਹਾਂ ਅਤੇ ਉਹਦੇ ਨਾਲ ਤੁਹਾਡਾ ਪ੍ਰੋਬਲਮ ਠੀਕ ਹੋਏਗਾ। ਔਰ ਦੂਸਰਾ ਕਿ ਤੁਸੀਂ ਪਾਣੀ ਜ਼ਿਆਦਾ ਪੀਆ ਕਰੋ। ਓ ਅੱਛਾ, ਕਿਹੜੇ ਨੰਬਰ 'ਤੇ ਕਾਲ ਕਰੀ ਤੁਹਾਨੂੰ? ਇਹ ਜਿਹੜਾ ਸਕਰੀਨ 'ਤੇ ਆ ਰਿਹਾ 3600 ਨੰਬਰ, ਜਿਹੜਾ 718, ਇਹ ਨੰਬਰ ਨੋਟ ਕਰ ਲਓ ਨਾ ਅਤੇ ਕੱਲ੍ਹ ਦਿਨ ਨੂੰ ਫਿਰ ਕਾਲ ਕਰਨਾ। ਹੁਣ ਤਾਂ ਆਫਿਸ 'ਚ ਬੰਦ ਹੋ ਜਾਏਗਾ 8 ਵਜੇ ਤੱਕ, ਅਤੇ ਨੰਬਰ ਛੱਡ ਦੇਣਾ ਅਗਰ ਬਿਜ਼ੀ ਹੋਵੇ, ਅਤੇ ਫਿਰ ਮੈਂ ਤੁਹਾਨੂੰ ਕਾਲ ਬੈਕ ਕਰ ਲਵਾਂਗਾ। ਠੀਕ ਹੈ? ਚਲੋ, ਓਕੇ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਅਤੇ ਨੰਬਰ ਜਿਹੜਾ ਆ ਰਿਹਾ ਜੀ 718-396-3600, ਅਤੇ ਤੁਸੀਂ ਡਾਕਟਰ ਸਾਹਿਬ ਦਾ ਪਰਸਨਲ ਨੰਬਰ ਹੈ, ਇਸ ਨੰਬਰ 'ਤੇ ਫੋਨ ਕਰਕੇ ਤੁਸੀਂ ਅਪੁਆਇੰਟਮੈਂਟ ਲੈ ਸਕਦੇ ਹੋ ਅਤੇ ਦਵਾਈਆਂ ਜਿਹੜੀਆਂ ਖਾ ਸਕਦੇ ਹੋ। ਤੁਸੀਂ ਦੇਖਿਆ ਹਰਬਲ ਔਰ ਹੋਮਿਓਪੈਥੀ ਦੇ ਵਿੱਚ ਬੜੀ ਸਾਰੀਆਂ ਅਸੀਂ ਕਹਿੰਦੇ ਹਾਂ ਓਪਰਚੁਨਿਟੀਜ਼ ਹੈਗੀਆਂ, ਬੜੇ ਸਾਰੇ ਮੌਕੇ ਹੈਗੇ, ਬੜੇ ਸਾਰੇ ਇਲਾਜ ਹੈਗੇ ਆ। ਤੁਹਾਨੂੰ ਇੱਕ ਵਾਰੀ ਹਰਬਲ ਔਰ ਹੋਮਿਓਪੈਥੀ ਦੀ ਦਵਾਈਆਂ ਦੇ ਉੱਤੇ ਮੁੜਨ ਦੀ ਲੋੜ ਹੈ, ਉਹਨਾਂ 'ਤੇ ਟਰੱਸਟ ਕਰਨ ਦੀ ਲੋੜ ਹੈ। ਜਿਸ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਸੀਗੇ ਕਿ ਦਵਾਈਆਂ ਦੇ ਨਾਂ ਅਸੀਂ ਵਿੱਚ ਫੋਨ ਆ ਗਏ ਸੀ, ਰੁਕ ਗਏ ਸੀ ਆਪਾਂ, ਅਤੇ ਉਹ ਦਵਾਈਆਂ ਦੇ ਨਾਮ ਦੱਸ ਦਿਓ ਜੀ, ਕਿਹੜੀ ਬਲੱਡ ਪ੍ਰੈਸ਼ਰ ਦੀ ਔਰ ਸ਼ੂਗਰ ਵਾਸਤੇ ਕਿਹੜੇ ਕਿਹੜੇ ਅਲਟਰਨੇਟਿਵ, ਕਿਹੜੀ ਕਿਹੜੀ? ਹਾਂ, ਡਾਇਬੈਟਿਕ ਦੇ ਸਾਡੇ 2 ਫਾਰਮੂਲੇ ਨੇ, ਇੱਕ ਟੈਬਲੇਟ ਫਾਰਮ ਹੈ, ਇੱਕ ਡਰੋਪਸ ਨੇ, ਪਾਣੀ 'ਚ ਬੂੰਦਾ ਪਾ ਕੇ ਪੀਣੀਆਂ ਹੁੰਦੀਆਂ ਨੇ ਜੀ। ਇੱਕ ਦਾ ਨਾਂ ਸੁਪਰ ਡਾਇਬੈਟਿਕ ਫਾਰਮੂਲਾ, ਅਤੇ ਜਿਹੜੇ 2 ਗੋਲੀਆਂ ਟੈਬਲੇਟ ਖਾਣੀਆਂ ਹੁੰਦੀਆਂ ਨੇ ਖਾਣ ਦੇ ਨਾਲ 3 ਟਾਈਮ, ਔਰ ਡਾਇਬਿਸਾਨ ਦੇ ਨਾਂ 'ਤੇ ਡਰੋਪਸ ਨੇ ਹੋਮਿਓਪੈਥਿਕ ਦੇ, ਕੌੜੀ ਜੜੀ ਬੂਟੀਆਂ ਦੇ ਐਕਸਟ੍ਰੈਕਟ ਹੁੰਦੇ ਆ। ਔਰ ਬਲੱਡ ਪ੍ਰੈਸ਼ਰ ਵਾਸਤੇ ਜਿਹੜਾ ਹਾਈਪਰਟੈਂਸ ਹੈ, ਇਹ ਬਾਇਓਟੋਨਿਕ ਹੈ, ਨਰਵ ਟੋਨਿਕ ਨਾਲ ਦੇਈਦਾ। ਔਰ ਉਸ ਤੋਂ ਇਲਾਵਾ ਹਰ ਬਿਮਾਰੀ ਦਾ ਇਲਾਜ ਹੈ, ਔਰ ਉਹਦੇ ਫਾਰਮੂਲਿਆਂ ਦੇ ਨਾਂ ਹੀ ਮੈਂ ਬਿਮਾਰੀਆਂ 'ਤੇ ਰੱਖੇ ਹੋਏ ਆ। ਜਿਸ ਤਰ੍ਹਾਂ ਗਾਊਟ, ਇਹਨਾਂ ਨੂੰ ਜਿਹੜਾ ਯੂਰਿਕ ਐਸਿਡ ਵੱਧ ਜਾਂਦਾ ਹੈ, ਅੰਗੂਠੇ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ, ਪੂਰੇ ਸਰੀਰ 'ਚ ਹੱਡੀਆਂ 'ਚ ਦਰਦ ਹੁੰਦਾ, ਅਤੇ ਇਹ ਲੋਕ ਪਾਣੀ ਘੱਟ ਪੀਂਦੇ ਨੇ। ਪਾਣੀ ਜਿਹੜਾ ਨਾ ਬਹੁਤ ਜ਼ਰੂਰੀ ਹੈ ਜੀ, ਜੀ ਪਾਣੀ ਨਾ ਪੀ ਕੇ ਬਹੁਤ ਸਾਰੇ ਪ੍ਰੋਬਲਮ ਨੇ, ਜਿਹਦੇ ਵਿੱਚ ਗਾਊਟ ਵੀ ਸ਼ਾਮਿਲ ਹੈ, ਕਿਡਨੀ ਸਟੋਨ ਸ਼ਾਮਿਲ ਨੇ, ਗਾਲ ਬਲੈਡਰ ਸਟੋਨ ਜਿਹੜੇ ਪਿੱਤੇ ਦੀ ਪੱਥਰੀ ਕਹਿੰਦੇ ਨੇ ਉਹ, ਇਹ ਲੋਕ ਜਿਹੜੇ ਪਾਣੀ, ਔਰ ਯੂਰੀਨਰੀ ਇਨਫੈਕਸ਼ਨ ਜਿਹੜਾ ਬਹੁਤ ਕਾਮਨ ਹੈ ਸਪੈਸ਼ਲੀ ਔਰਤਾਂ ਵਿੱਚ, ਕਿ ਉਹ ਅਗਰ ਪਾਣੀ ਨਾ ਪੀਣ ਤਾਂ ਉਹਨਾਂ ਨੂੰ ਯੂਰੀਨਰੀ ਇਨਫੈਕਸ਼ਨ ਹੋ ਜਾਂਦਾ, ਜਾਂ ਫਿਰ ਇਮਿਊਨ ਸਿਸਟਮ ਉਹਨਾਂ ਦਾ ਵੀਕ ਹੁੰਦਾ ਬਹੁਤ ਜ਼ਿਆਦਾ, ਬਾਡੀ ਦਾ ਡਿਫੈਂਸ ਸਿਸਟਮ, ਅਤੇ ਉਹਦੀ ਵਜ੍ਹਾ ਨਾਲ ਉਹਨਾਂ ਨੂੰ ਬਾਰ ਬਾਰ ਯੂਰੀਨਰੀ ਇਨਫੈਕਸ਼ਨ ਹੁੰਦੇ ਹੈ। ਉਹ ਡਾਕਟਰ ਤੁਹਾਨੂੰ ਐਂਟੀਬਾਇਓਟਿਕ ਦਿੰਦੇ ਜਾਂਦੇ ਨੇ ਆਲਵੇਜ਼, ਮਤਲਬ ਕਿ ਉਹਦਾ ਇਲਾਜ ਇਹ ਹੀ ਉਹਨਾਂ ਕੋਲ ਹੈ ਕਿ ਐਂਟੀਬਾਇਓਟਿਕ ਦੇ ਦਿਓ, ਲੇਕਿਨ ਇਨਫੈਕਸ਼ਨ ਹੋ ਕੇ ਉਹਨੇ ਰਹੇ ਨੇ, ਉਹਦੇ 'ਚ ਹੋਮਿਓਪੈਥਿਕ ਦਾ ਇਲਾਜ ਹੁੰਦਾ, ਕਿ ਅਗਰ ਤੁਹਾਨੂੰ ਬਾਡੀ ਤੁਹਾਡੀ ਅੰਦਰੋਂ ਸਟਰੋਂਗ ਹੋਏਗੀ, ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋਏਗਾ, ਅਤੇ ਤੁਹਾਨੂੰ ਬਾਰ ਬਾਰ ਇਨਫੈਕਸ਼ਨਸ ਨਹੀਂ ਹੋਣਦੇ ਜੀ। ਅਤੇ ਸਿਰਫ ਇੱਕ ਪਾਣੀ ਨਾ ਪੀਣੇ ਨਾਲ ਕਿਤਨੀਆਂ ਪ੍ਰੋਬਲਮ ਆਉਂਦੀਆਂ ਨੇ ਜੀ। ਹੋਰ ਫੋਨ ਦੇਣੇ? ਹੈਲੋ ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਡਾਕਟਰ ਸਾਹਿਬ ਕਰ ਰਹੇ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕੁਐਸਚਨ ਹੈ ਤੁਹਾਡਾ, ਦੱਸੋ ਜੀ। ਮੇਰੇ ਪੈਰਾਂ ਦੀ ਜਲਨ ਰਹਿੰਦੀ ਹੈ ਜੀ।
ओके ਤੁਹਾਨੂੰ ਖੁਦਾ ਨਾ ਖਾਸਾ ਸ਼ੂਗਰ ਵਗੈਰਾ ਤੇ ਨਹੀਂ ਨਹੀਂ ਔਰ ਬਲੱਡ ਪ੍ਰੈਸ਼ਰ ਵਗੈਰਾ ਠੀਕ ਹੈ ਹਾਂ ਜੀ ਔਰ ਕੋਈ ਕਿਸੇ ਕਿਸਮ ਦਾ ਕੋਈ ਮਤਲਬ ਕੋਈ ਦਵਾਈ ਤੇ ਨਹੀਂ ਖਾ ਰਹੇ ਕੋਲੇਸਟ੍ਰੋਲ ਦੀ ਐਸਪਰੀਨ ਵਗੈਰਾ ਜਾਂ ਕੋਈ ਨਹੀਂ ਅੱਛਾ ਤੇ ਤੁਸੀਂ ਪਾਣੀ ਘੱਟ ਪੀਂਦੇ ਹੋ ਪਾਣੀ ਤਾਂ ਪੀਦਾ ਨਾ ਫਿਰ ਆ ਪੀਦੇ ਦਾ ਫਾਇਦਾ ਕਿੰਨਾ ਕੀ ਪੀਦਾ ਰਾਤ ਨੂੰ 5-6 ਗਲਾਸ ਆ ਪੀਏ ਹੋ ਜਾਂਦੇ ਔਰ ਦੈਟਸ ਗੁੱਡ ਹਾਂ ਜੀ ਤੇ ਉਹ ਨੀਂਦ ਵਗੈਰਾ ਵੀ ਤੁਹਾਨੂੰ ਸਹੀ ਆਉਂਦੀ ਹੈ ਕਿ ਨਹੀਂ ਮਾਲਿਸ਼ ਵਗੈਰਾ ਕਰਦੇ ਹੋ ਲੱਤਾਂ ਦੀ ਕਿ ਨਹੀਂ ਇੱਕ ਤਾਂ ਤੁਸੀਂ ਮਾਲਿਸ਼ ਕਰਨਾ ਸ਼ੁਰੂ ਕਰੋ ਬੇਸ਼ੱਕ ਤੁਸੀਂ ਆਪਣੇ ਘਰ ਤੁਹਾਡਾ ਕੋਈ ਆਇਲ ਵਗੈਰਾ ਹੋਵੇ ਜਿਸ ਤਰ੍ਹਾਂ ਓਲਿਵ ਆਇਲ ਵਗੈਰਾ ਹੁੰਦਾ ਜਾਂ ਤੁਸੀਂ ਥੈਰਾ ਆਇਲ ਮੰਗਾ ਲੈਣਾ ਉਹਦੀ ਮਾਲਿਸ਼ ਕਰੋ ਤਾਂ ਅੱਗੇ ਤੁਹਾਡੇ ਸਰਕੂਲੇਸ਼ਨ ਅੱਛੀ ਹੋਵੇ ਠੀਕ ਹੈ ਨਾ ਅਤੇ ਨਾਲ ਤੁਹਾਨੂੰ ਕੋਈ ਸਪਲੀਮੈਂਟ ਰੈਕਮੈਂਡ ਕਰਾਂਗੇ ਜਿਹੜਾ ਕਿ ਤੁਹਾਡੇ ਬਲੱਡ ਫਲੋ ਜਿਹੜਾ ਅੱਛੀ ਤਰੀਕੇ ਨਾਲ ਹੋਵੇ ਔਰ ਪਾਣੀ ਦਾ ਇਸਤੇਮਾਲ ਤੁਸੀਂ ਕਰ ਹੀ ਰਹੇ ਹੋ ਅਤੇ ਦੈਟ ਵੁੱਡ ਬੀ ਔਰ ਕਬਜ਼ ਤਾਂ ਨਹੀਂ ਰਹਿੰਦੀ ਤੁਹਾਨੂੰ ਹਾਂ ਉਹ ਕਬਜ਼ ਦਾ ਵੀ ਟੇਕ ਕੇਅਰ ਕਰੋ ਅਤੇ ਉਹਦੇ ਵਾਸਤੇ ਹੈ ਕਿ ਦੁੱਧ ਦਾ ਗਲਾਸ ਗਰਮ ਕਰਕੇ ਪੀਆ ਕਰੋ ਕੋਈ ਦੇਸੀ ਘਿਓ ਦਾ ਇੱਕ ਚਮਚਾ ਪਾ ਕੇ ਰਾਤ ਨੂੰ ਸੌਂਦਿਆਂ ਉਹ ਪੀ ਲਿਆ ਕਰੋ ਜਾਂ ਫਿਰ ਡੀਟੋਕਸ ਪ੍ਰੋਗਰਾਮ ਸਾਡੇ ਕੋਲ ਮੰਗਾ ਲਓ ਟੈਬਲੇਟਸ ਹੁੰਦੇ ਨੇ ਜਿਹੜੇ ਕਿ ਤੁਹਾਡਾ ਪੂਰਾ ਸਿਸਟਮ ਬਾਡੀ ਦਾ ਕਲੀਨ ਅਪ ਕਰੇਗੀ ਅਤੇ ਉਹਦੇ ਨਾਲ ਤੁਹਾਡੇ ਬਾਡੀ 'ਚ ਟੋਕਸਿਨ ਜਿਹੜੇ ਨੇ ਨਿਕਲਣ ਦੇ ਅਤੇ ਫਿਰ ਤਾਂ ਕਿ ਔਰ ਬਲੱਡ ਸਰਕੂਲੇਸ਼ਨ ਅੱਛੀ ਹੋਏਗੀ ਅਤੇ ਫਿਰ ਜਾ ਕੇ ਤੁਹਾਡੀ ਜਲਨ ਠੀਕ ਹੋਏਗੀ ਠੀਕ ਹੈ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਇਹ ਡਾਕਟਰ ਸਾਹਿਬ ਦਾ ਨੰਬਰ ਹੈ ਜੀ 7183963600 ਇਸ ਨੰਬਰ 'ਤੇ ਗੱਲ ਕਰਨਾ ਜੀ ਸ਼ੁਕਰੀਆ ਜੀ ਬਹੁਤ ਬਹੁਤ ਥੈਂਕ ਯੂ ਹੈਲੋ ਹੈਲੋ ਹਾਂ ਜੀ ਹਾਂ ਜੀ ਡਾਕਟਰ ਸਾਹਿਬ ਨਾਲ ਗੱਲ ਕਰਦੇ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਤੁਹਾਡਾ ਦੱਸੋ ਬਸ ਚੌਧਰੀ ਜੀ ਮੈਂ ਸੰਤੋਖ ਬੋਲਦਾ ਮੈਂ ਡਾਇਬੀਟਿਕ ਅਤੇ ਵੀ ਇੱਕ ਕੁਐਸਚਨ ਹੈ ਕਿ ਵੀ ਆਪਾਂ ਫਰੈਂਕਲੀ ਦੱਸਦੇ ਵੀ ਸ਼ਰਾਬ ਪੀ ਲੈਂਦੇ ਹਾਂ ਇੱਕ ਦੋ ਪੈਗ ਜੀ ਤੋ ਕਿੰਨਾ ਕੁ ਮਾੜਾ ਹੈਗਾ ਵੀ ਵੀ ਠੀਕ ਹੈ ਜਾਂ ਨਹੀਂ ਪੀਣੀ ਚਾਹੀਦੀ ਨਹੀਂ ਬਹੁਤ ਜ਼ਿਆਦਾ ਬਹੁਤ ਮਾੜਾ ਪਤਾ ਕੀ ਉਹ ਨਿਰੀ ਸ਼ੂਗਰ ਹੈ ਸਮਝੋ ਸਮਝਦੇ ਨਾ ਉਹਦਾ ਟੇਸਟ ਤੇ ਕੌੜਾ ਹੁੰਦਾ ਲੇਕਿਨ ਉਹ ਨਿਰੀ ਸ਼ੂਗਰ ਹੈ ਅਲਕੋਹਲ ਜਿਹੜਾ ਨਾ ਉਹ ਹੁਣ ਅਕਸਰ ਸਾਡੇ ਪੇਸ਼ੈਂਟ ਹੈ ਬਹੁਤ ਮਤਲਬ ਬਾਕੀ ਪਰਹੇਜ਼ ਕਰਦੇ ਰਹਿੰਦੇ ਆ ਇਹ ਨਹੀਂ ਕਰ ਪਾਉਂਦੇ ਤੇ ਉਹ ਸ਼ੂਗਰ ਹਾਈ ਹੁੰਦੀ ਹੈ ਫਿਰ ਉਹਨਾਂ ਦੀ ਚਾਹੇ ਉਹ ਦਵਾਈ ਵੀ ਖਾ ਰਹੇ ਹੁੰਦੇ ਆ ਸਮਝ ਗਏ ਨਾ ਹਾਂ ਤੇ ਉਹ ਅਗਰ ਸ਼ੂਗਰ ਤੁਹਾਡੀ ਕੰਟਰੋਲ ਹੈ ਤੇ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਤੇ ਅਗਰ ਸ਼ੂਗਰ ਤੁਹਾਡੀ ਹਾਈ ਹੋਏਗੀ ਤੇ ਅੰਦਰ ਡੈਮੇਜ ਹੁੰਦਾ ਰਹਿੰਦਾ ਸਮਝ ਗਏ ਨਾ ਚੀਜ਼ਾਂ ਦਾ ਹਾਂ ਜੀ ਹਾਂ ਜੀ ਲੇਕਿਨ ਦੇਖੋ ਅਗੇਨ ਅਗਰ ਤੁਸੀਂ ਡਰਿੰਕ ਕਰੋਗੇ ਨਾ ਤੇ ਇਨਸੁਲਿਨ ਦਾ ਵੀ ਕੋਈ ਫਾਇਦਾ ਨਹੀਂ ਸਮਝ ਗਏ ਨਾ ਹੁਣ ਤੁਸੀਂ ਕੋਈ ਚੀਜ਼ ਹੈ ਹਾਂ ਤੁਸੀਂ ਹੁਣ ਇਸ ਤਰ੍ਹਾਂ ਕਰੋ ਕਿ ਤੁਸੀਂ ਨਾ ਮੈਂ ਤੁਹਾਨੂੰ ਦਵਾਈ ਰੈਕਮੈਂਡ ਕਰਾਂਗਾ ਜਿਹੜੀ ਤੁਹਾਡੀ ਡਰਿੰਕ ਦੀ ਜਗ੍ਹਾ ਤੇ ਤੁਸੀਂ ਉਹ ਪੀਣਾ ਕਰਨਾ ਠੀਕ ਹੈ ਨਾ ਤੇ ਤੁਹਾਨੂੰ ਡਰਿੰਕ ਦਾ ਉਹਦੇ ਤੁਸੀਂ ਡਾਕਟਰ ਕੋਲੋਂ ਜਦੋਂ ਤੁਹਾਨੂੰ ਰੈਕਮੈਂਡ ਕਰਦੇ ਨੇ ਨਾ ਉਹ ਤੁਹਾਨੂੰ ਸਮਝਾਉਂਦੇ ਨੇ ਇਸ ਤਰ੍ਹਾਂ ਵੀ ਨਾ ਕਿ ਘਰ 'ਚ ਕਿਸੇ ਹੋਰ ਨੂੰ ਡਾਇਬਿਟਿਕ ਹੈ ਤੁਸੀਂ ਉਹਨਾਂ ਦੀ ਦਵਾਈਆਂ ਜਾਂ ਇਨਸੁਲਿਨ ਯੂਜ਼ ਕਰਦੇ ਰਹੋ ਹਾਂਜੀ ਤੁਸੀਂ ਆਪਣੇ ਡਾਕਟਰ ਕੋਲ ਚੈੱਕਅਪ ਕਰਾ ਕੇ ਔਰ ਉਹਨਾਂ ਕੋਲੋਂ ਅਗਰ ਤੁਸੀਂ ਇਨਸੁਲਿਨ ਲੈਣੀ ਲੇਕਿਨ ਅਗਰ ਹੋਮਿਓਪੈਥਿਕ ਦਵਾਈ ਸ਼ੁਰੂ ਕਰਨੀ ਹੈ ਤੇ ਤੁਸੀਂ ਉਹ ਦਵਾਈ ਸ਼ੁਰੂ ਕਰੋਗੇ ਤੇ ਆਸਤੇ ਆਸਤੇ ਤੁਹਾਡੀ ਸ਼ੂਗਰ ਜਿਹੜੀ ਹੈ ਕੰਟਰੋਲ ਹੋਣਾ ਸ਼ੁਰੂ ਹੋ ਜਾਏਗੀ ਨਾਲੇ ਮੈਂ ਤੁਹਾਨੂੰ ਰੈਕਮੈਂਡ ਕਰਨਾ ਚਾਹਾਂਗਾ ਕਿ ਤੁਹਾਨੂੰ ਕੋਈ ਦਵਾਈ ਦਿੱਤੀ ਜਾਏ ਜਿਹਦੇ ਨਾਲ ਤੁਹਾਨੂੰ ਡਰਿੰਕ ਕਰਨ ਦਾ ਵੀ ਤੁਹਾਨੂੰ ਮਤਲਬ ਉਹਦੇ 'ਚ ਕਮੀ ਆਏ ਇਹ ਤੁਹਾਡਾ ਇਲਾਜ ਹੈ ਇਨਸੁਲਿਨ ਤੋਂ ਜ਼ਿਆਦਾ ਡਰਿੰਕ ਦਾ ਸਮਝ ਗਏ ਹਾਂ ਜੀ ਹਾਂ ਜੀ ਤੇ ਸਾਡੇ ਕੋਲ ਜਿਹੜੀ ਹੋਮਿਓਪੈਥਿਕ ਦਵਾਈ ਹੁੰਦੀ ਹੈ ਉਹਦੇ 'ਚ ਵੀ ਅਲਕੋਹਲ ਹੁੰਦਾ ਹੈ ਔਰ ਅਕਸਰ ਲੋਕ ਜਿਹਨਾਂ ਨੂੰ ਡਰਿੰਕ ਦਾ ਹੁੰਦਾ ਕਈ ਲੋਕ ਤੇ ਬਹੁਤ ਜ਼ਿਆਦਾ ਪ੍ਰੋਬਲਮ ਹੁੰਦਾ ਡਰਿੰਕ ਦਾ ਤੇ ਹਾਂ ਤੇ ਉਹ ਤੁਸੀਂ ਲਾਓਗੇ ਪੈਗ ਉਹਦਾ ਤੇ ਉਹ ਤੁਹਾਨੂੰ ਉਹੀ ਮਜ਼ਾ ਆਏਗਾ ਔਰ ਰਿਲੈਕਸ ਵੀ ਹੋਵੋਗੇ ਤੁਸੀਂ ਦਵਾਈ ਦੀ ਦਵਾਈ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਕੀ ਸਵਾਲ ਪੁੱਛਣਾ ਚਾਹੋਗੇ ਜੀ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਨੂੰ ਹਾਂਜੀ ਪੁੱਛ ਬੈਠੇ ਜੀ ਸਤਿ ਸ਼੍ਰੀ ਅਕਾਲ ਜੀ ਕੀ ਕੁਐਸਚਨ ਹੈ ਤੁਹਾਡਾ ਦੱਸੋ ਹਾਂਜੀ ਹਾਂਜੀ ਬੋਲੋ ਮੈਂ ਡਾਕਟਰ ਚੌਧਰੀ ਬੋਲ ਰਿਹਾ ਤੁਸੀਂ ਕੀ ਸੇਵਾ ਕਰੀਏ ਦੱਸੋ ਸਤਿ ਸ਼੍ਰੀ ਅਕਾਲ ਜੀ ਮੈਂ ਕਿ ਮੇਰੀ ਦੋ ਪੁੱਤੀਆਂ ਨੇ ਉਹਨਾਂ ਦੇ ਗਲੇ ਦਾ ਥਾਇਰਾਇਡ ਹੋ ਗਿਆ ਹੈ 5 ਸਾਲ ਦੀਆਂ ਨੇ ਜੀ ਥਾਇਰਾਇਡ ਪ੍ਰੋਬਲਮ ਹੈ 5 ਸਾਲ ਦੇ ਬੱਚੇ ਹਾਂਜੀ ਹਾਂਜੀ ਓਕੇ ਤੇ
ਤੇ ਥਾਇਰਾਇਡ ਦਾ ਤੇ ਬਹੁਤ ਅੱਛਾ ਇਲਾਜ ਹੈ ਔਰ ਸਪੈਸ਼ਲੀ ਬੱਚਿਆਂ ਦਾ ਤੇ ਉਹ ਉਹਨਾਂ ਨੂੰ ਹੁਣੀ ਸ਼ੁਰੂ ਕਰਾਓ ਦਵਾਈ ਤਾਂ ਕਿ ਉਹ ਠੀਕ ਰਹਿਣ ਤਾਂ ਕਿ ਅੰਗਰੇਜ਼ੀ ਦਵਾਈਆਂ ਤੋਂ ਜਾਨ ਛੁੱਟ ਜਾਏਗੀ ਉਹਨਾਂ ਦੀ। ਹਾਂਜੀ ਅਸੀਂ ਵੈਸੇ ਕੈਲੀਫੋਰਨੀਆ ਬੋਲਦੇ ਹਾਂ, ਕੈਲੀਫੋਰਨੀਆ ਰਹਿੰਦੇ ਹਾਂ ਜੀ। ਹਾਂ ਤੇ ਮੇਰੇ ਬਹੁਤ ਪੇਸ਼ੈਂਟ ਨੇ ਕੈਲੀਫੋਰਨੀਆ, 2-3 ਹਜ਼ਾਰ ਪੇਸ਼ੈਂਟ ਹੋਣਾ ਕੈਲੀਫੋਰਨੀਆ ਜੀ। ਤੁਸੀਂ ਮੈਨੂੰ ਕਾਲ ਕਰ ਲੈਣਾ ਨਾ ਆਫਿਸ ਦੇ ਨੰਬਰ 'ਤੇ, ਅਤੇ ਉਹਨਾਂ ਦੀਆਂ ਜੇ ਰਿਪੋਰਟਸ ਨੇ ਉਹ ਵੀ ਟੈਕਸ ਵਗੈਰਾ ਕਰ ਦੇਣਾ ਜਾਂ ਈਮੇਲ ਕਰ ਦੇਣਾ ਜੋ ਵੀ, ਤੁਸੀਂ ਇਸ ਨੰਬਰ 'ਤੇ ਕੰਟੈਕਟ ਕਰ ਲਓ, ਠੀਕ ਹੈ ਜੀ। 7-18-96-36 ਇਹ ਲੈਂਡਲਾਈਨ ਹੈ, ਅਤੇ ਅਗਰ ਤੁਸੀਂ ਕਾਲ ਕਰਕੇ ਈਮੇਲ ਰਿਪੋਰਟਸ ਵਗੈਰਾ ਵੀ ਭੇਜ ਦੇਣਾ, ਮੈਂ ਡਿਟੇਲ ਨਾਲ ਗੱਲ ਕਰਕੇ ਫਿਰ ਜੋ ਵੀ ਦਵਾਈ ਹੋਏਗੀ ਤੁਹਾਨੂੰ ਬਾਈ ਮੇਲ ਭੇਜ ਦਾਂਗੇ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਅਤੇ ਨੰਬਰ ਜਿਹੜਾ ਆ ਰਿਹਾ ਜੀ 7183963600 ਇਹ ਡਾਕਟਰ ਸਾਹਿਬ ਦਾ ਨੰਬਰ ਹੈ, ਤੁਸੀਂ ਇਸ 'ਤੇ ਫੋਨ ਕਰਕੇ ਪੂਰੀ ਡਿਟੇਲ ਲੈ ਕੇ ਉਹ ਫਿਰ ਈਮੇਲ ਆਈਡੀ ਕਰਕੇ ਜਿਸ ਤਰ੍ਹਾਂ ਵੀ ਆਪਣਾ ਐਕਸਚੇਂਜ ਕਰ ਸਕਦੇ ਹੋ। ਔਰ ਡਾਕਟਰ ਚੌਧਰੀ ਸਾਹਿਬ ਨੇ ਸਾਨੂੰ ਅੱਜ ਦੱਸਿਆ ਕਿ ਜਿਹੜੀ ਇਹ ਹੁੰਦੀ ਬਲੱਡ ਪ੍ਰੈਸ਼ਰ ਦੀ ਔਰ ਸ਼ੂਗਰ ਦੀ ਜਿਹੜੀ ਬਿਮਾਰੀ ਹੈ ਉਹ ਸਾਡੇ ਲਾਈਫ ਸਟਾਈਲ ਦੀ ਵਜ੍ਹਾ ਨਾਲ, ਫੂਡ ਹੈਬਿਟਸ ਦੇ ਨਾਲ ਕਿੱਦਾਂ ਸਾਡੀ ਜ਼ਿੰਦਗੀ ਖੋਖਲੀ ਕਰ ਰਹੀ ਹੈ, ਔਰ ਹਰਬਲ ਔਰ ਹੋਮਿਓਪੈਥੀ ਸੈਗਮੈਂਟ ਜਿਹੜਾ ਹੈ ਉਹਦੇ ਵਿੱਚ ਕਿੰਨਾ ਬਿਹਤਰੀਨ ਇਲਾਜ ਹੈ, ਇੱਕ ਅੱਛਾ ਅਲਟਰਨੇਟਿਵ ਹੈ, ਤੁਸੀਂ ਹੋਮਿਓਪੈਥੀ ਔਰ ਹਰਬਲ ਦਵਾਈਆਂ ਵੱਲ ਮੁੜੋ ਔਰ ਡਾਕਟਰ ਸਾਹਿਬ ਨੂੰ ਸੰਪਰਕ ਕਰੋ, ਡਾਕਟਰ ਸਾਹਿਬ ਨੂੰ ਕੰਟੈਕਟ ਕਰਕੇ ਇਹਨਾਂ ਤੋਂ ਆਪਣਾ ਇਲਾਜ ਕਰਾ ਸਕਦੇ ਹੋ। ਅਤੇ ਡਾਕਟਰ ਚੌਧਰੀ ਸਾਹਿਬ ਅੱਜ ਤੁਸੀਂ ਸਟੂਡੀਓ 'ਚ ਆਏ, ਸਾਡੇ ਦਰਸ਼ਕਾਂ ਦੇ ਇੰਨੇ ਸਵਾਲਾਂ ਦੇ ਜਵਾਬ ਦਿੱਤੇ, ਸ਼ੁਕਰੀਆ। ਅਤੇ ਇਸ ਹਨ ਡਾਕਟਰ ਚੌਧਰੀ, ਡਾਕਟਰ ਇਫਤਿਖਾਰ ਚੌਧਰੀ ਸਾਹਿਬ ਹਰਬਲ ਔਰ ਹੋਮਿਓਪੈਥੀ ਦਵਾਈਆਂ ਦੇ ਬਾਰੇ 'ਚ ਤੁਹਾਨੂੰ ਦੱਸਦੇ ਆ ਹਰ ਹਫ਼ਤੇ, ਅਤੇ ਅਗਲੇ ਹਫ਼ਤੇ ਵੀ ਤੁਹਾਨੂੰ ਫਿਰ ਇਸ ਇਹੀ ਸਿਲਸਿਲਾ ਜਾਰੀ ਰੱਖਦੇ ਹੋ, ਡਾਕਟਰ ਸਾਹਿਬ ਨਾਲ ਫਿਰ ਅਨਸਰ ਸਟੂਡੀਓ 'ਚ ਮੌਜੂਦ ਰਹਾਂਗੇ ਔਰ ਦੇਵਾਂਗੇ ਤੁਹਾਡੇ ਸਵਾਲਾਂ ਦੇ ਜਵਾਬ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।